Project folder. ਦਾਦੂ ਸਾਹਿਬ ਜੀ ਦੇ ਸ਼ਬਦ ਸਾਈ ਸਤ ਸੰਤੋਖ ਦੇ ਪਾਪ ਭਗਤੀ ਵਿਸ਼ਵਾਸ ਸਿਦਕ ਸਪੂਰੀ ਸੱਚ ਦੇ ਮਾਂਗੇ ਦਾਦੂ ਦਾਸ ਸਾਈ ਸਤ ਸੰਤੋਖ ਦੇ ਪਾਪ ਭਗਤੀ ਵਿਸ਼ਵਾਸ ਸਿਦਕ ਸਪੂਰੀ ਸੱਚ ਦੇ ਮਾਂਗੇ ਦਾਦੂ ਦਾਸ ਕੀ ਬਾਣੀ ਦਾਦੂ ਸਾਹਿਬ ਦੀ ਹੈ। ਦਾਦੂ ਸਾਹਿਬ ਜੀ ਬੜੇ ਸਹਾਰਨ ਸ਼ਕਤੀ ਦੇ ਮਾਲਕ ਹੋਏ ਹੈ। ਦੇਖੋ ਉਹਨਾਂ ਆਪਣੇ ਪ੍ਰਭੂ ਪਰਮਾਤਮਾ ਦੇ ਪਾਸੋਂ ਕੀ ਮੰਗਿਆ, ਐਸ ਨਹੀਂ ਮੈਨੂੰ ਸਤ ਦੇ ਸਾਈ ਸਤ ਸੰਦੋਖ ਦੇ ਭਗਤ ਭਾਵ ਵਿਸ਼ਵਾਸ ਸਿਦਕ ਸਬੂਰੀ ਸਾਂਝ ਦੇ ਮੰਗੇ ਦਾਦੂ ਦਾਸ ਹੈ ਮੇਰੇ ਮਾਲਕ ਮੈਨੂੰ ਸਭ ਤੋਂ ਪਹਿਲਾਂ ਸਤ ਦੇ। ਸਤ ਜਿਹੜਾ ਹੈ ਇੱਕ ਪਰਮਾਰਥ ਦੀ ਨਹੀਂ ਹੈ ਜਿਸ ਨਾਲ ਅਸੀਂ ਮਕਾਨ ਦੀ ਨੀ ਮਜ਼ਬੂਤ ਰੱਖਦੇ ਹਾਂ। ਉਹ ਕਿਸ ਵਾਸਤੇ ਰੱਖਦੇ ਹਾਂ ਕਿ ਤਰੱਕੀ ਵਾਸਤੇ, ਕਿ ਅਗਰ ਸਾਨੂੰ ਕੋਈ ਪ੍ਰੋਜੈਕਟ ਪਵੇ ਅਸੀਂ ਇਹਦੇ ਉੱਤੇ ਵੀ ਮਕਾਨ ਬਣਾ ਸਕੀਏ। ਇਸੇ ਤਰ੍ਹਾਂ ਜਿਹੜਾ ਸਤ ਹੈ ਇੱਕ ਪਰਮਾਰਥ ਦੀ ਤਰੱਕੀ ਵਾਸਤੇ, ਸਾਰਿਆਂ ਫਕੀਰਾਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਉਸ ਸੱਤ ਨੂੰ ਕਹਿਣ ਦੀ। ਸੱਤ ਦੇ ਨਾਲ ਸੰਦੋਖ ਭਗਤੀ ਭਾਵ ਵਿਸ਼ਵਾਸ ਇਹ ਸਾਰੀਆਂ ਚੀਜ਼ਾਂ, ਜਦ ਸੱਤ ਆਇਆ ਤਾਂ ਸਭ ਕੁਝ ਆ ਗਿਆ, ਜਦੋਂ ਸੱਤ ਗਿਆ ਤਾਂ ਸਭ ਕੁਝ ਚਲਾ ਗਿਆ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਮਹਾਰਾਜ ਬਾਣੀ 'ਚ ਫਰਮਾਉਂਦੇ ਹੈ, ਸੱਤ ਗਿਆ ਤੋ ਕਿਆ ਰਿਹਾ, ਸੀਲ ਗਿਆ ਸਭ ਝਾੜ, ਭਗਤੀ ਖੇਤ ਕੈਸੇ ਬਚੇ ਜਬ ਟੁੱਟ ਗਈ ਤਬਾ। ਸੱਤ ਸੰਤਾਂ ਦੀ ਇੱਕ ਬਹੁਤ ਬੜੀ ਜਾਇਦਾਦ, ਇਹ ਪਰਮਾਰਥ ਦੀ ਇੱਕ ਮਜ਼ਬੂਤ ਨੀਂਹ। ਦਾਦੂ ਸਾਹਿਬ ਜੀ ਉਹ ਸੱਤ ਨੂੰ ਮੰਗ ਰਹੇ ਹੈ, ਸਾਈ ਸੱਤ ਸੰਲੋਕ ਦੇ ਭਗਤ ਭਾਵ ਵਿਸ਼ਵਾਸ ਹੈ ਮੇਰੇ ਮਾਲਕ ਮੈਨੂੰ ਸੱਤ ਦੇ, ਔਰ ਨਾਲ ਹੀ ਸੰਦੋਖ ਮੰਗਿਆ। ਅਸੀਂ ਦੁਨੀਆਦਾਰ ਜੇ ਕਦੀ ਫਕੀਰਾਂ ਪਾਸ ਜਾਂ ਕਿਸੇ ਦੇਵ ਸਥਾਨ 'ਤੇ ਜਾਂ ਕਿਸੇ ਗੁਰਦੁਆਰੇ ਮੰਦਰ ਜਾਂਦੇ ਹਾਂ ਤਾਂ ਦੁਨੀਆ ਦੀਆਂ ਚੀਜ਼ਾਂ ਮੰਗਦੇ ਹਾਂ, ਦੁਨੀਆ ਦੀਆਂ ਖਾਹਿਸ਼ਾਂ ਜਿਹੜੀਆਂ ਉਹ ਵੀ ਅਸੀਂ ਅੱਗੇ ਰੱਖਦੇ ਹਾਂ ਜਿਹਨਾਂ ਦੀ ਕੋਈ ਮਨ ਯਾਦ ਨਹੀਂ, ਔਰ ਜਿਹੜੀਆਂ ਇੱਥੇ ਹੀ ਰਹਿਣ ਵਾਲੀਆਂ। ਸੰਤਾਂ ਨੇ ਮਹਾਂਪੁਰਖਾਂ ਦੇ ਪਾਸੋਂ ਮੰਗਿਆ, ਜੋ ਕੁਛ ਮੰਗਿਆ ਉਹਨਾਂ ਨੇ ਉਹ ਇੱਕ ਮੁਕੰਮਲ ਚੀਜ਼ ਮੰਗੀ ਕਿ ਜਿਹੜੀ ਸਾਥ ਜਾਣ ਵਾਲੀ, ਜੋ ਇੱਥੇ ਵੀ ਕੰਮ ਦੇ ਔਰ ਉੱਥੇ ਵੀ ਕੰਮ ਦੇ। ਜੋ ਕੁਛ ਦਾਦੂ ਸਾਹਿਬ ਜੀ ਬਾਣੀ ਜੀ ਫਰਮਾ ਰਹੇ ਠੀਕ ਫਰਮਾ ਰਹੇ ਹੈ। ਦਾਦੂ ਸਾਹਿਬ ਜੀ ਬੜੇ ਸਹਾਰਨ ਸ਼ਕਤੀ ਦੇ ਮਾਲਕ ਸਨ। ਇੱਕ ਵਾਰ ਦਾਦੂ ਸਾਹਿਬ ਦੇ ਪਾਸ ਕੋਈ ਦੋ ਚਾਰ ਬੰਦੇ ਸਿੱਖਿਆ ਲੈਣ ਵਾਸਤੇ ਚਲੇ ਗਏ,
ਪਰ ਦਾਦੂ ਸਾਹਿਬ ਜੀ ਨੂੰ ਉਹਨਾਂ ਨੇ ਦੇਖਿਆ ਨਹੀਂ ਸੀ। ਫਿਰ ਸੁਣੋ ਸੁਣਾਈ ਚ ਲੱਗੇ, ਸੁਬਹਾ ਸੁਬਹਾ ਉਸ ਪਿੰਡ ਵਿੱਚ ਚਲਾ ਗਏ ਜਿੱਥੇ ਦਾਦੂ ਸਾਹਿਬ ਜੀ ਰਹਿੰਦੇ ਸਨ, ਕਿ ਦਾਦੂ ਸਾਹਿਬ ਵੀ ਸਵੇਰੇ ਸਵੇਰੇ ਹੀ ਬਾਹਰ ਜੰਗਲ ਸ਼ਾਮ ਆ ਰਹੇ ਸਨ, ਲੋਟਾ ਹੱਥ ਚ ਫੜਿਆ ਸੀ ਤੇ ਨੰਗੇ ਸਿਰ ਸਨ। ਪਿਛਲੇ ਜ਼ਮਾਨਿਆਂ ਦੇ ਵਿੱਚ ਲੋਕ ਬਹੁਤ ਵਿਚਾਰ ਕਰਦੇ ਹੁੰਦੇ ਸੀ, ਜੇ ਕੋਈ ਨੰਗੇ ਸਿਰੇ ਜਾਂ ਖਾਲੀ ਕੜਾ ਖਾਲੀ ਟੋਕਰੀ ਕਿਤੇ ਕੋਈ ਬੰਦਾ ਕੰਮ ਜਾਂਦਾ ਸੀ, ਜੇ ਉਸਨੂੰ ਮਿਲਦੇ ਤਾਂ ਹੁੰਦੇ ਸਨ ਤਾਂ ਉਹ ਉਸਨੂੰ ਬੁਰਾ ਬਣਾਉਂਦੇ ਸੀ ਕਿ ਹੁਣ ਸਾਡਾ ਕੰਮ ਨਹੀਂ ਹੋਣਾ ਜਿਸ ਕੰਮ ਨੂੰ ਅਸੀਂ ਕਰਨਾ। ਉਹਨਾਂ ਬੰਦਿਆਂ ਨੇ ਜਦ ਦੇਖਿਆ ਕਿ ਇਹ ਬੰਦਾ ਸਾਨੂੰ ਨੰਗੇ ਸਿਰ ਮਿਲਿਆ ਹੈ, ਜੇ ਹੋ ਸਕਦਾ ਹੈ ਕਿ ਸਾਡਾ ਕੰਮ ਹੋਵੇ ਹੀ ਜਾਂ ਨਾ, ਉਹਨਾਂ ਪੰਜ ਚਾਰ ਜੁੱਤੀਆਂ ਮਾਰੀਆਂ ਦਾਦੂ ਸਾਹਿਬ ਨੇ। ਪਰ ਦਾਦੂ ਸਾਹਿਬ ਜੀ ਚੁੱਪ ਕਰਕੇ ਉਹ ਬੋਲੇ, ਸੋਚਿਆ ਇਹ ਗਾਹਕ ਤੋਂ ਮੇਰੀ ਦੁਕਾਨ 'ਤੇ ਹੈ, ਇਹਨਾਂ ਨੂੰ ਮੇਰਾ ਪਤਾ ਹੈ, ਇਹ ਅਣਜਾਣ ਚੁੱਪ ਕਰਕੇ ਚਲਾ ਗਏ। ਉਹ ਪਿੰਡ ਦੇ ਵਿੱਚੋਂ ਪੁੱਛਦੇ ਪਛਾਂਦੇ ਆ ਗਏ ਔਰ ਦਾਦੂ ਸਾਹਿਬ ਜੀ ਜਲਦੀ ਆਪਣੇ ਘਰ ਪਗਡੰਡੀ ਰਸਤੇ ਚਲਾ ਗਿਆ। ਜਦ ਜਾ ਕੇ ਦਾਦੂ ਸਾਹਿਬ ਦਾ ਘਰ ਪੁੱਛਿਆ, ਦਾਦੂ ਸਾਹਿਬ ਜੀ ਅੰਦਰੋਂ ਨਿਕਲੇ, ਕਹਿਣ ਲੱਗੇ ਆਓ ਜੀ ਬੈਠ। ਦਾਦੂ ਸਾਹਿਬ ਜੀ ਉਹਨਾਂ ਦਾ ਆਦਰ ਮਾਣ ਕਰਨ, ਉਹ ਜਿਉਂ ਜਿਉਂ ਆਦਰ ਮਾਣ ਕਰਨ ਤਾਂ ਉਹ ਸ਼ਰਮਿੰਦੇ ਹੋਣ, ਸੋਚਣ ਕਿ ਅਸੀਂ ਤੈਨੂੰ ਗੁਰਦੇਵ ਬਣਾਉਣਾ ਸੀ, ਅਸੀਂ ਇਹਨੂੰ ਜੁੱਤੀਆਂ ਮਾਰੀਆਂ, ਅਸੀਂ ਬਹੁਤ ਬੁਰਾ ਕੀਤਾ, ਚੰਗਾ ਨਹੀਂ ਕੀਤਾ। ਦਾਦੂ ਸਾਹਿਬ ਨੇ ਕਿਹਾ, ਭਾਈ ਤੁਸੀਂ ਚੰਗਾ ਕੀਤਾ, ਇਹ ਟਗੇ ਦਾ ਬਰਤਨ ਕੋਈ ਮਿੱਟੀ ਦਾ ਲੈਣ ਵਾਸਤੇ ਜਾਂਦਾ ਹੈ ਬਾਜ਼ਾਰ, ਉਸ ਨੂੰ ਸਣਕਾਰ ਕੇ ਦੇਖਦਾ ਹੈ ਕਿ ਪੱਕਾ ਹੈ ਜਾਂ ਕੱਚਾ ਹੈ, ਜੇ ਪੱਕਾ ਹੁੰਦਾ ਤਾਂ ਖਰੀਦ ਲੈਂਦੇ, ਜੇ ਕੱਚਾ ਹੁੰਦਾ ਤਾਂ ਛੱਡ ਦਿੰਦੇ। ਇਹ ਤੁਸੀਂ ਚੰਗਾ ਕੀਤਾ, ਪਹਿਲਾਂ ਹੀ ਸਣਕਾ ਲਿਆ, ਜੇ ਪੱਕਾ ਹੈ ਬਰਤਨ ਖਰੀਦ ਲਓ, ਜੇ ਨਹੀਂ ਤਾਂ ਅੱਗੇ ਚਲੇ ਜਾਓ ਕਿਸੇ ਹੋਰ ਦੁਕਾਨ 'ਤੇ ਚਲੇ ਜਾਓ। ਸੋ ਇਸ ਤਰ੍ਹਾਂ ਦਾਦੂ ਸਾਹਿਬ ਜੀ ਜਿਹੜੇ ਸੀ ਬੜੇ ਸਹਾਨ ਸ਼ਕਤੀ ਦੇ ਮਾਲਕ ਸੀ, ਉਹਨਾਂ ਦੀ ਇਹ ਬਾਣੀ ਉਹ ਦੇਖੋ ਕੀ ਮੰਗ ਰਿਹਾ। ਉਹਨਾਂ ਕੋਈ ਦੁਨੀਆਂ ਦਾ ਧਨ ਪਦਾਰਥ ਕੋਈ ਚੀਜ਼ ਨਹੀਂ ਮੰਗਦੀ, ਉਹਨਾਂ ਸਿਰਫ ਇੱਕੋ ਹੀ ਚੀਜ਼ ਮੰਗਦੀ ਹੈ, ਸਾਈਂ ਮੇਰੇ ਮਾਲਕ ਮੈਨੂੰ ਸਾਥ ਦੇ। ਆਮ ਕੋਈ ਕਈ ਬੰਦਿਆਂ ਦਾ ਕੋਈ ਗਲਤ ਕੰਮ ਜਿਹੜੇ ਕਰਦੇ ਹੈ, ਦੂਸਰਾ ਬੰਦਾ ਉਸਨੂੰ ਕਹਿੰਦਾ ਹੈ ਕਿ ਤੇਰਾ ਕੋਈ ਯਕੀਨ ਵਿਸ਼ਵਾਸ ਨਹੀਂ, ਤੇਰਾ ਸੱਤ ਨਹੀਂ, ਤੇਰਾ ਸੱਤ ਨਹੀਂ ਤੇਰਾ ਵਿਸ਼ਵਾਸ ਵੀ ਨਹੀਂ। ਦਾਦੂ ਸਾਹਿਬ ਜੀ ਇਹ ਆਪਣੇ ਮਾਲਕ ਪਾਸੋਂ ਮੁਰਸ਼ਿਦ ਪਾਸੋਂ ਮੰਗ ਰਹੇ ਹੈ, ਐ ਮੇਰੇ ਸਾਈਂ ਮੈਨੂੰ ਸੱਤ ਦੇ ਔਰ ਨਾਲ ਹੀ ਸੰਦੋਖ, ਕਿਉਂਕਿ ਸਾਨੂੰ ਕੋਈ ਸੰਦੋਖ ਨਹੀਂ ਆਉਂਦਾ, ਸਾਈਂ ਸੱਤ ਸੰਦੋਖ ਦੇ ਭਾਵ ਭਗਤ ਵਿਸ਼ਵਾਸ, ਮੈਨੂੰ ਭਗਤੀ ਭਾਵ ਵਿਸ਼ਵਾਸ ਵੀ ਦੇ। ਵਿਸ਼ਵਾਸ ਆਉਣਾ ਵੀ ਬੜਾ ਮੁਸ਼ਕਲ, ਸਿੱਧਕ ਸਬੂਰੀ ਸਿੱਧਕ ਜਿਹੜਾ ਇਹ ਵੀ ਬੜਾ ਮੁਸ਼ਕਲ ਹੈ, ਸਿੱਧਕ ਸਬੂਰੀ ਸਾਥ ਦੇ ਮੰਗੇ ਦਾਦੂ ਦਾ ਕਿ ਮੈਨੂੰ ਇਹ ਚੀਜ਼ਾਂ ਜਿਹੜੀਆਂ ਮੈਨੂੰ ਦੇ ਦੇ, ਮੈਂ ਹੋਰ ਤੇਰੇ ਪਾਸੋਂ ਕੁਝ ਨਹੀਂ ਮੰਗ। ਦੇਖੋ ਦਾਦੂ ਸਾਹਿਬ ਨੇ ਉਹ ਚੀਜ਼ਾਂ ਮੰਗੀਆਂ ਜਿਹੜੀਆਂ ਕਿ ਸਾਥ ਦੇਣ ਵਾਲੀਆਂ ਔਰ ਜਿਹੜੀਆਂ ਸੁੱਖ ਦੇਣ ਵਾਲੀਆਂ। ਅਸੀਂ ਦੁਨੀਆਦਾਰ ਜਿਹੜੀਆਂ ਵੀ ਚੀਜ਼ਾਂ ਮੰਗਦੀਆਂ ਉਹ ਸਾਨੂੰ ਦੁੱਖ ਦੇਣ ਵਾਲੀਆਂ ਹੁੰਦੀਆਂ ਨੇ,
ਦੁਨੀਆਂ ਦਾ ਧਨ ਪਦਾਰਥ ਜਾਂ ਮਾਣ ਵਡਿਆਈ ਜਾਂ ਹੋਰ ਕਈ ਚੀਜ਼ਾਂ ਅਸੀਂ ਮੰਨਦੇ ਹਾਂ ਜਿਹੜੀਆਂ ਕਿ ਹਮੇਸ਼ਾ ਨਹੀਂ ਰਹਿਣ ਵਾਲੀਆਂ। ਸੋ ਦਾਦੂ ਸਾਹਿਬ ਦੀ ਬਾਣੀ ਬੜੀ ਠੋਸ ਬਾਣੀ ਹੈ ਔਰ ਸੰਤਾਂ ਦੀ ਬਾਣੀ, ਕੋਈ ਵੀ ਮਹਾਂਪੁਰਖ ਹੈ ਉਹਨਾਂ ਦੀ ਮੁਸ਼ਤਰਕਾ ਬਾਣੀ ਹੈ ਔਰ ਸਾਰਿਆਂ ਵਾਸਤੇ ਹੈ। ਇੱਕ ਵਾਸਤੇ ਨੂੰ ਜੋ ਵੀ ਕਹਿਣਗੇ ਉਹ ਹਰ ਇੱਕ ਨੂੰ ਇੱਕੋ ਜਿਹਾ ਕਹਿਣ। ਸਾਈ ਸਤ ਸੰਤ ਵਖਰੇ ਪਾਵ ਭਗਤੀ ਵਿਸ਼ਵਾਸ ਸਿਰਗ ਸਬੂਰੀ ਸਾਚ ਦੇ ਮਾਂਗੇ ਦਾਦੂ ਦਾਸ ਜੀਵਨ ਮਾਟੀ ਹੋ ਰਹੋ ਸਾਈ ਸਨਮੁਖ ਹੋਏ ਦਾਦੂ ਪਹਿਲੇ ਮਰ ਰਹੋ ਪਿੱਛੇ ਮਰੇ ਸਭ ਕੋਏ। ਦਾਦੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਹੈ ਦਾਦੂ ਤੂੰ ਜਿਉਂ ਦਾ ਮਿੱਟੀ ਬੰਦ ਹੈ। ਮਿੱਟੀ ਦੀ ਮਿਸਾਲ ਦਿੱਤੀ ਹੈ, ਮਿੱਟੀ ਤੁਸੀਂ ਦੇਖੋ ਅਸੀਂ ਮਿੱਟੀ ਦੇ ਉੱਤੇ ਸੁੱਟਦੇ ਫਿਰਦੇ ਹਾਂ, ਗੜੀਆਂ ਮੋਟਰਾਂ ਜਾਂਦੀਆਂ ਨੇ, ਅਸੀਂ ਗੰਦੇ ਤੋਂ ਗੰਦੀਆਂ ਚੀਜ਼ਾਂ ਮਿੱਟੀ 'ਤੇ ਸੁੱਟਦੇ ਹਾਂ, ਲੇਕਿਨ ਮਿੱਟੀ ਕੁਛ ਨਹੀਂ ਕਹਿੰਦੀ, ਕਿਸੇ ਨੂੰ ਵੀ ਕੁਝ ਨਹੀਂ ਕਹਿੰਦੀ। ਦਾਦੂ ਸਾਹਿਬ ਜੀ ਕਹਿੰਦੇ ਹੈ ਦਾਦੂ ਤੂੰ ਜਿਉਂ ਦਾ ਮਿੱਟੀ ਬਣ ਜਾ ਫਿਰ ਸਾਈਂ ਤੇਰੇ ਸਨਮੁੱਖ ਹੋਏਗਾ। ਤੂੰ ਪਹਿਲੇ ਮਰ ਜਾ ਪਿੱਛੇ ਮਰੇ ਸਾਥ ਕੋਈ। ਇਸ ਦਾ ਮਰਨਾ ਕੀ ਹੈ ਕਿ ਜਦ ਇਸ ਦੀਆਂ ਦੁਨੀਆਂ ਦੀਆਂ ਖਾਹਿਸ਼ਾਂ ਖਤਮ ਹੋ ਗਈਆਂ ਐਸ ਦੁਨੀਆਂ ਵੱਲੋਂ ਇਹ ਮਰ ਗਿਆ। ਦੁਨੀਆਂ ਦੀਆਂ ਖਾਹਿਸ਼ਾਂ ਸਾਨੂੰ ਸਤਾ ਰਹੀਆਂ, ਖਾਹਿਸ਼ਾਂ ਹੀ ਸਾਨੂੰ ਵਾਪਸ ਲਿਆ ਰਹੀਆਂ, ਖਾਹਿਸ਼ਾਂ ਹੀ ਸਾਡੇ ਪਾਸੋਂ ਗਲਤ ਕੰਮ ਕਰਾ ਰਹੀਆਂ। ਇਹ ਖਾਹਿਸ਼ਾਂ ਜਿਹੜੀਆਂ ਨੇ ਜਿਹੜੇ ਸ਼ਬਦ ਵਿਆਸੀ ਮਹਾਂਪੁਰਖ ਨੇ ਉਹ ਇਸੇ 'ਤੇ ਜ਼ੋਰ ਦਿੰਦੇ ਆ, ਭਾਈ ਤੂੰ ਆਪਣੀਆਂ ਖਾਹਿਸ਼ਾਂ ਨੂੰ ਖਤਮ ਕਰ। ਤੇ ਬਾਰੇ ਦੱਸਿਆ ਹੈ ਕਿ ਪੀਰ ਸਾਹਿਬ ਦੇ ਪਾਸ ਇੱਕ ਕਿਸੇ ਸਾਧੂ ਨੇ ਕਿਸੇ ਦੀ ਗੱਡੀ ਚੁੱਕੀ ਅਤੇ ਲੋਕਾਂ ਨੂੰ ਪੜ੍ਹ ਕੇ ਉਸ ਸਾਧੂ ਨੂੰ ਕਬੀਰ ਸਾਹਿਬ ਦੇ ਪਾਸ ਲਿਆਂਦਾ। ਉਸ ਗੱਡੀ ਦੇ ਵਿੱਚ ਸੋਨਾ ਸੀ। ਕਬੀਰ ਸਾਹਿਬ ਨੇ ਪੁੱਛਿਆ ਭਾਈ ਪੁਰਸ਼ਾ ਤੂੰ ਸਾਧੂ ਹੈ, ਤੂੰ ਇਸ ਗੱਡੀ ਨੂੰ ਕਿਉਂ ਚੁੱਕਿਆ, ਤੂੰ ਇਹ ਕੀ ਕਰਨੀ ਸੀ? ਉਹਨੂੰ ਸਾਧੂ ਕਹਿੰਦਾ ਮਹਾਰਾਜ ਕੀ ਮੈਨੂੰ ਪਤਾ ਹੈ ਕਿ ਅਸੀਂ ਇਹ ਚੁੱਕਣੀ ਨਹੀਂ ਸੀ ਚਾਹੀਦੀ, ਸਾਡਾ ਇਹ ਕੰਮ ਨਹੀਂ ਹੈ, ਲੇਕਿਨ ਮਹਾਰਾਜ ਸਾਨੂੰ ਜਿਹੜੀ ਅੰਦਰਲੀ ਖਾਹਿਸ਼ ਉਹ ਸਾਡੀ ਮਰੀ ਨਹੀਂ, ਅਸੀਂ ਸਾਧੂ ਬਣ ਗਏ ਹਾਂ ਲੇਕਿਨ ਅੰਦਰਲੀ ਖਾਹਿਸ਼ ਸਾਨੂੰ ਸਤਾ ਰਹੀ, ਅਸੀਂ ਬਹੁਤ ਦੁਖੀ ਹਾਂ ਕਿ ਸਾਨੂੰ ਜਿਹੜੀ ਉਹ ਖਾਹਿਸ਼ ਹੈ ਜਿਸ ਖਾਹਿਸ਼ ਨੂੰ ਅਸੀਂ ਖਤਮ ਕਰਨਾ ਸੀ ਉਹ ਖਾਹਿਸ਼ ਸਾਨੂੰ ਬਹੁਤ ਦੁੱਖ ਦੇ ਰਹੀ। ਸੋ ਸੰਤ ਜੋ ਸ਼ਬਦ ਵਿਆਸੀ ਮਹਾਂਪੁਰਖ ਨੇ ਉਹ ਇਸੇ ਗੱਲ 'ਤੇ ਜ਼ੋਰ ਦਿੰਦੇ ਹੈ ਕਿ ਤੇਰੀਆਂ ਖਾਹਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਰ, ਭਜਨ ਬੰਦਗੀ ਜਿਹੜੀ ਅਸੀਂ ਕਰਨੀ ਉਹ ਕੀ ਕਰਨੀ। ਮੈਂ ਕਈ ਵਾਰ ਵਿਚਾਰ ਕੀਤੀ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਜੋ ਭਜਨ ਕਰਨਾ ਕਿਸ ਵਾਸਤੇ ਕਰਨਾ, ਕਿਹੜੀ ਚੀਜ਼ ਨੂੰ ਅਸੀਂ ਖਤਮ ਕਰਨਾ, ਉਹ ਜਿਹੜੀਆਂ ਸਾਡੀਆਂ ਖਾਹਿਸ਼ਾਂ ਨੇ ਅਸੀਂ ਉਹਨਾਂ ਨੂੰ ਖਤਮ ਕਰਨਾ। ਆਸ਼ਾ ਵਰਦਾ ਆਇਆ ਆਸ਼ਾ ਵਰਦਾ ਗਿਆ, ਇਸ ਜੀਵ ਦਾ ਦੁਨੀਆਂ 'ਚ ਆਉਣਾ ਜਾਂ ਜਾਣਾ ਜਿਹੜਾ ਹੈ ਇਹ ਕੀ ਹੈ, ਆਸ਼ਾ ਲੈ ਕੇ ਆ ਗਿਆ ਔਰ ਇੱਥੋਂ ਫਿਰ ਆਸ਼ਾ ਦਾ ਇੱਕ ਜੰਗਲ ਵਿੱਚ ਵੜ ਗਿਆ, ਇਹੀ ਆਸ਼ਾ ਇਸ ਨੂੰ ਫਿਰ ਲੈ ਗਈ, ਉਸੇ ਮੁਤਾਬਕ ਸਾਨੂੰ ਜਨਮ ਮਿਲ।
ਰਾਜਾ ਇੰਦਰ ਇੱਕ ਖਾਹਿਸ਼ ਦੇ ਮੁਤਾਬਕ ਇੱਕ ਖਾਹਿਸ਼ ਨਾਲ ਉਹਨੂੰ ਸਤਾਇਆ, ਉਹਨੂੰ ਫਿਰ ਮਾਤ ਲੋਕ ਵਿੱਚ ਆਉਣਾ ਪਿਆ। ਇੱਕ ਇੰਦਰਾਪੁਰੀ ਦਾ ਰਾਜ ਕਰਦਾ ਹੋਈ ਫਿਰ ਮਾਤ ਲੋਕ ਵਿੱਚ ਆਏ। ਅਗਰ ਖਾਹਿਸ਼ ਨਾ ਸਤਾਉਂਦੀ ਉਹਨੂੰ ਇੰਦਰਾਪੁਰੀ ਛੱਡਣ ਦੀ ਕੀ ਜ਼ਰੂਰਤ ਸੀ। ਜਿਹੜੀਆਂ ਖਾਹਿਸ਼ਾਂ ਸਾਨੂੰ ਵਾਪਸ ਲਿਆਉਂਦੀਆਂ ਨੇ, ਚਰਾਸੀ ਦੇ ਵਿੱਚ ਲੈ ਜਾਂਦੀਆਂ, ਨਰਕਾਂ 'ਚ ਲੈ ਜਾਂਦੀਆਂ, ਖੋਟੇ ਕਰਮ ਕਰਾਉਂਦੀਆਂ, ਉਹਨਾਂ ਖਾਹਿਸ਼ਾਂ ਵਾਸਤੇ ਸੰਤ ਰੋਜ਼ਾਨਾ ਜੀ ਯਾਨੀ ਕੋਸ਼ਿਸ਼ ਕਰਦੇ ਆ, ਔਰ ਬਾਣੀਆਂ ਵਿੱਚ ਵੀ ਫਰਮਾਉਂਦੇ ਆ, ਇਸ ਨਾਲ ਵੀ ਫਰਮਾਉਂਦੇ ਆ ਕਿ ਭਾਈ ਇਹਨਾਂ ਖਾਹਿਸ਼ਾਂ ਨੂੰ ਛੱਡੋ। ਜਦੋਂ ਤੁਹਾਡੀਆਂ ਖਾਹਿਸ਼ਾਂ ਮੁੱਕ ਜਾਣਗੀਆਂ ਤਾਂ ਤੁਹਾਡਾ ਔਰ ਮਾਲਕ ਦਾ ਕੋਈ ਵਿਛੋੜਾ ਨਹੀਂ। ਕਿਉਂਕਿ ਇਹੀ ਸਾਡੇ ਵਿੱਚ ਇੱਕ ਡਿਫੈਕਟ ਪਾਉਣ ਵਾਲੀਆਂ ਚੀਜ਼ਾਂ ਨੇ ਕਿ ਜਿਹੜੀਆਂ ਸਾਡੇ ਮਾਲਕ ਤੋਂ ਸਾਨੂੰ ਇਹ ਦੂਰ ਕਰਦੀ। ਹਜ਼ੂਰ ਕਈ ਵਾਰ ਇਹ ਫਰਮਾਉਂਦੇ ਹੁੰਦੇ ਸੀ ਕਿ ਇਸ ਨੂੰ ਈਸ਼ਵਰ ਦੇ ਨਾਲ ਮਿਲਣਾ ਤਾਂ ਕੋਈ ਬੜੀ ਗੱਲ ਨਹੀਂ, ਉਹ ਬਹੁਤਾ ਦੂਰ ਨਹੀਂ, ਉਹ ਇਹਦੇ ਵਿੱਚ ਬੈਠਾ ਹੈ, ਸਿਰਫ ਇਸ ਨੂੰ ਦੁਨੀਆਂ ਦੀ ਖਾਹਿਸ਼ਾਂ ਤੋਂ ਹਟਣਾ ਹੀ ਬਹੁਤ ਮੁਸ਼ਕਲ। ਜਦ ਇਹ ਦੁਨੀਆਂ ਦੀ ਖਾਹਿਸ਼ਾਂ ਤੋਂ ਹਟ ਜਾਏਗਾ ਔਰ ਮਾਲਕ ਇਹਦੇ ਸਾਹਮਣੇ ਇਹਦੇ ਵਿੱਚ ਬੈਠਾ ਹੈ, ਉਹ ਦੂਰ ਨੇ। ਬੁੱਲੇ ਸ਼ਾਹ ਨੇ ਬਾਣੀ 'ਚ ਫਰਮਾਇਆ, ਬੁੱਲਿਆ ਰੱਬ ਤੇ ਸੀ ਵੱਖ ਨਹੀਂ ਪਰ ਦੇਖਣ ਵਾਲੀ ਅੱਖ। ਬੁੱਲੇ ਸ਼ਾਹ ਨੇ ਕਿਹਾ ਕਿ ਰੱਬ ਦਾ ਤੇ ਤੇਰਾ ਕੋਈ ਬੜਾ ਵਿਛੋੜਾ ਨਹੀਂ, ਉਹ ਦੂਰ ਨਹੀਂ ਹੈਗਾ, ਉਹ ਤੇਰੇ ਵਿੱਚ ਬੈਠਾ ਹੈ, ਲੇਕਿਨ ਉਹ ਅੱਖ ਨਹੀਂ ਬਣ। ਉਸ ਅੱਖ ਦੇ ਬਣਾਉਣ ਵਾਸਤੇ ਆ ਫਕੀਰਾਂ ਨੇ ਜ਼ਿੰਦਗੀ ਦਾ ਕੋਰਸ ਕੀਤਾ, ਜੇ ਰਾਤ ਮਿਹਨਤ ਕੀਤੀ ਹੈ ਕਿ ਉਹ ਅੱਖ ਬਣ ਜਾਏ। ਉਸ ਅੱਖ ਦੇ ਬਣਾਉਣ ਵਾਸਤੇ ਸਾਨੂੰ ਕਾਫੀ ਜਾਣੇ ਟਾਈਮ ਦੀ ਜ਼ਰੂਰਤ ਹੈ। ਇਹ ਨਹੀਂ ਕਿ ਕੋਈ ਸਾਲ ਵਿੱਚ, 6 ਮਹੀਨੇ ਵਿੱਚ ਜਾਂ 2 ਸਾਲ ਵਿੱਚ ਉਹ ਅੱਖ ਬਣ ਜਾਂਦੀ। ਉਸ ਅੱਖ ਦੇ ਬਣਾਉਣ ਵਾਸਤੇ ਸਾਨੂੰ ਬਹੁਤ ਸਾਰੇ ਟਾਈਮ ਦੀ ਜ਼ਰੂਰਤ ਹੈ। ਔਰ ਜਿਹਨਾਂ ਦੀ ਉਹ ਅੱਖ ਬਣੀ ਉਹਨਾਂ ਨੂੰ ਲੋਕ ਪਰਲੋਕ ਦੀ ਖਬਰ ਹੋ ਗਈ, ਉਹਨਾਂ ਨੇ ਆਪਣੇ ਹੱਕ ਨੂੰ ਪਛਾਣ ਲਿਆ। ਕਈ ਵਾਰ ਇਹ ਦੱਸਿਆ ਕਿ ਕਈ ਜਨਮਾਂ ਦੀ ਕਮਾਈ ਜਿਹੜੀ ਹੈ ਉਹ ਜੀਵ ਦੀ ਕਿਸੇ ਨਾ ਕਿਸੇ ਜਨਮ 'ਚ ਪ੍ਰਗਟ ਹੁੰਦੀ ਹੈ। ਫਰੀਦ ਸਾਹਿਬ ਜੀ ਜੰਗਲ ਵਿੱਚ ਤਪੱਸਿਆ ਕਰਦੇ ਸਨ, ਤੋ ਚਿੜੀਆਂ ਨਾ ਕੇ ਰੌਲਾ ਪਾਇਆ, ਇਕੱਠੀਆਂ ਹੋ ਗਈਆਂ, ਫਰੀਦ ਸਾਹਿਬ ਦਾ ਧਿਆਨ ਨਾ ਲੱਗੇ। ਫਰੀਦ ਸਾਹਿਬ ਜੀ ਹੱਕ ਕਹਿੰਦਿਆਂ ਜੇ ਤੁਸੀਂ ਮਰਦੀਆਂ ਨੇ ਤੋ ਸਾਰੀਆਂ ਚਿੜੀਆਂ ਮਰ ਗਈਆਂ, ਇਸ ਲਈ ਮਰ ਗਈਆਂ। ਤੋ ਫਰੀਦ ਸਾਹਿਬ ਨੇ ਸੋਚਿਆ ਕਿ ਤਾਂ ਮਰ ਗਈਆਂ, ਫਿਰ ਕਿਹਾ ਕਿ ਉੱਡ ਜਾਓ, ਤੋ ਚਿੜੀਆਂ ਉੱਡ ਗਈਆਂ। ਤੋ ਫਰੀਦ ਸਾਹਿਬ ਨੇ ਸੋਚਿਆ ਕਿ ਮੇਰੀ ਭਗਤੀ ਜਿਹੜੀ ਹੈ ਇਹ ਕਬੂਲ ਹੋ ਗਈ ਹੈ, ਚਲੋ ਹੁਣ ਘਰ ਨੂੰ ਚਲੀਏ, ਕਿ ਮੈਂ ਮਾਰ ਵੀ ਸਕਦਾ, ਜਿੰਦਾ ਵੀ ਕਰ ਸਕਦਾ, ਪਰ ਇਹ ਫਕੀਰਾਂ ਦੀ ਹਾਲੀ ਭਗਤੀ ਨਹੀਂ ਹੈ ਕਿ ਮਾਰਨਾ ਜਾਂ ਜਿੰਦਾ ਕਰ ਦੇਣਾ, ਇਹਨੂੰ ਹਾਲੀ ਭਗਤੀ ਨਹੀਂ ਕਿਹਾ, ਭਗਤੀ ਬੜੀ ਦੂਰ ਹੈ। ਜਦੋਂ ਫਰੀਦ ਸਾਹਿਬ ਜੀ ਆ ਰਹੇ ਤਾਂ ਇੱਕ ਪਿੰਡ ਦੇ ਨਜ਼ਦੀਕ ਆਏ, ਪਿਆਸ ਲੱਗੀ, ਬਾਹਰ ਖੂਹ ਸੀ, ਉੱਥੇ ਇੱਕ ਲੜਕੀ ਪਾਣੀ ਕਰ ਰਹੀ ਸੀ, ਉਸ ਖੂਹ 'ਤੇ ਚਲਾ। ਉਸ ਲੜਕੀ ਨੂੰ ਕਿਹਾ ਕਿ ਬੀਬੀ ਮੈਨੂੰ ਪਾਣੀ ਪਿਲਾ, ਪਰ ਉਹ ਲੜਕੀ ਪਾਣੀ ਕੱਢ ਕੱਢ ਕੇ ਲੋਟੇ ਜ਼ਮੀਨ 'ਤੇ ਸੁੱਟੀ ਜਾਂਦੀ ਸੀ। ਉਸਨੇ ਧਿਆਨ ਨਹੀਂ ਦਿੱਤਾ ਕਿ ਫਰੀਦ ਸਾਹਿਬ ਨੇ ਗੁੱਸੇ ਨਾਲ ਕਿਹਾ ਕਿ ਬੀਬੀ ਤੂੰ
ਪੁੰਨੇ ਪਾਣੀ ਡੋਲੀ ਜਾਣੀ ਹੈ ਤੇ ਮੈਨੂੰ ਨਹੀਂ ਪਿਲਾਉਂਦੀ। ਤੇ ਲੜਕੀ ਨੇ ਕਿਹਾ, ਬਾਬਾ ਜੀ ਹੌਸਲਾ ਕਰੋ, ਇੱਥੇ ਚਿੜੀਆਂ ਨੇ ਜਿਹੜੀਆਂ ਮਾਰ ਦੇਣੀਆਂ, ਮੈਂ ਠਹਿਰ ਜੋ ਪਿਲਾਉਣੀ ਆਪਾਂ। ਫਰੀਦ ਸਾਹਿਬ ਦੀ ਹੋਸ਼ ਭੁੱਲ ਗਈ, ਚੁੱਪ ਕਰਕੇ ਬਹਿ ਗਿਆ, ਪਿਆਸ ਹੀ ਮੁੱਕ ਗਈ। ਕੀ ਬਣਿਆ, ਮੇਰੀਆਂ ਚਿੜੀਆਂ ਦਾ ਇਸਨੂੰ ਕਿੱਦਾਂ ਪਤਾ, ਜੰਗਲ ਵਿੱਚ ਕੋਈ ਬੰਦਾ ਹੀ ਨਹੀਂ ਸੀ। ਪਿਆਸ ਹੀ ਮੁੱਕ ਗਈ, ਜਦ ਪਾਣੀ ਕੱਢ ਕੇ ਸਮਾਪਤ ਕੀਤਾ, ਚੱਲ ਗਿਆ ਉਹ, ਬਾਬਾ ਜੀ ਪਾਣੀ ਪੀਓ। ਪਰ ਬਾਬਾ ਪਾਣੀ ਕਿੱਥੋਂ ਪੀਵੇ, ਕਹਿੰਦਾ ਪੁੱਤ ਦੇ ਦੱਸ, ਤੂੰ ਇਹ ਪਾਣੀ ਡੋਲੀ ਜਾਂਦੀ ਸੀ, ਮੈਨੂੰ ਪਿਲਾਇਆ ਨਹੀਂ, ਕੀ ਕਰਦੀ ਤੈਨੂੰ। ਉਸਨੇ ਕਿਹਾ ਕਿ ਮੇਰੀ ਭੈਣ ਦੀ ਝੁੱਗੀ ਨੂੰ ਅੱਗ ਲੱਗੀ ਸੀ, ਉਹ ਆਪਣੇ ਪਤੀ ਨੂੰ ਰੋਟੀ ਲੈ ਕੇ ਬਾਹਰ ਗਈ, ਮੈਂ ਉਸਦੀ ਅੱਗ ਬੁਝਾ ਰਹੀ, ਜੇ ਮੈਂ ਤੈਨੂੰ ਪਾਣੀ ਪਿਲਾਉਂਦੀ ਤੇ ਕਿੰਨਾ ਕੁ ਪੈ ਜਾਣਾ, ਲੋਟੇ ਦਾ ਅੱਗ ਬੁਝਣੀ ਨਹੀਂ, ਇਸ ਵਾਸਤੇ ਮੈਂ ਤੈਨੂੰ ਪਾਣੀ ਨਹੀਂ ਪਿਲਾਇਆ, ਮੈਂ ਉਸਦੀ ਅੱਗ ਬੁਝਾ ਰਹੀ। ਪਰ ਮੇਰੀਆਂ ਚਿੜੀਆਂ ਦਾ ਤੈਨੂੰ ਕਿੱਦਾਂ ਪਤਾ, ਬਾਬਾ ਜਦ ਮੈਨੂੰ ਤਰਲੋਕੀ ਲੱਭ ਰਹੀ ਹੈ, ਸਾਰਾ ਮੈਂ ਸਾਰੀ ਦੁਨੀਆਂ ਨੂੰ ਦੇਖ ਰਹੀ ਹਾਂ, ਮੇਰੀ ਉਹ ਅੱਖ ਖੁੱਲੀ ਹੈ ਕਿ ਮੈਂ ਸਭ ਕੁਝ ਦੇਖ ਰਹੀ ਹਾਂ, ਤੇਰੀਆਂ ਚਿੜੀਆਂ ਕਿਹੜੀਆਂ ਵੱਖ ਸੀ, ਉਹ ਵੀ ਤਰਲੋਕੀ ਦੇ ਵਿੱਚ ਹੀ। ਬਾਬਾ ਮੈਂ ਜੋ ਕੁਛ ਦੁਨੀਆਂ 'ਤੇ ਦੇਖ ਰਹੀ ਹਾਂ, ਅਗਰ ਮੈਂ ਜੇ ਕਹਾਂ ਤਾਂ ਮੈਨੂੰ ਲੋਕ ਸਦਾਈ ਕਹਿਣ ਔਰ ਮੈਨੂੰ ਪੱਥਰ ਮਾਰ, ਇਸ ਕਰਕੇ ਮੈਂ ਕੁਛ ਨਹੀਂ ਕਹਿੰਦਾ, ਮੈਂ ਚੁੱਪ। ਫਰੀਦ ਸਾਹਿਬ ਜੀ ਬੜੇ ਹੈਰਾਨ ਹੋਏ ਕਿ ਬੇਟਾ ਤੂੰ ਇਹ ਗੱਲ ਕਿੱਥੋਂ ਪਾਈ ਹੈ। ਉਸਨੇ ਕਿਹਾ, ਬਾਬਾ ਜੀ ਮੈਂ ਇੱਕੋ ਹੀ ਰਾਤ ਵਿੱਚ ਪਾਈ, ਜਦੋਂ ਮੈਂ ਮਕਲਾਵੇ ਆਈ, ਮੇਰੇ ਪਤੀ ਨੇ ਸਾਰੇ ਘਰ ਦੇ ਸੁੱਤੇ ਹੀ ਪਾਣੀ ਮੰਗਿਆ, ਕੁਦਰਤੀ ਮੈਂ ਸੁਣ ਲਿਆ, ਉਹਨਾਂ ਦੀ ਆਵਾਜ਼ ਸੁਣ ਲਈ, ਘਰ ਦੇ ਸੁੱਤੇ ਸੀ, ਮੈਂ ਸੋਚਿਆ ਵੀ ਜੇ ਮੈਂ ਪਾਣੀ ਨਾ ਦਿੱਤਾ ਤੇ ਪਾਪ ਮੈਨੂੰ ਬੜਾ ਲੱਗੇਗਾ, ਘਰ ਦੇ ਨੇ ਕਿਸੇ ਸੁਣਿਆ ਹੀ। ਮੈਂ ਪਾਣੀ ਦਾ ਛੰਨਾ ਲੈ ਕੇ ਬਾਬਾ ਜੀ ਉਹਨਾਂ ਦੇ ਚਰਨਾਂ ਵੱਲ ਖੜੀ ਹੋ ਗਈ, ਉਹ ਫੇਰ ਸੌਂ ਗਏ, ਮੈਂ ਨਹੀਂ ਉਹਨਾਂ ਨੂੰ ਜਗਾਇਆ। ਜਦ ਦਿਨ ਚੜ ਗਿਆ, ਲੋੜ ਲੱਗੀ, ਉੱਠੇ, ਦੇਖਿਆ ਕਿ ਤੂੰ ਕੱਲ੍ਹ ਹੀ ਖੜੀ ਪਾਣੀ ਲੈ ਕੇ। ਮੈਂ ਕਿਹਾ ਜੀ ਜਦ ਤੁਸੀਂ ਮੰਗਿਆ ਸੀ। ਬੜੇ ਹੈਰਾਨ ਹੋਏ, ਉਹਨਾਂ ਬਾਬਾ ਜੀ ਛਨਾ ਲੈ ਕੇ ਮੇਰੇ ਕੋਲੋਂ ਪਾਣੀ ਦਾ ਘੁੱਟ ਭਰਿਆ, ਲਿਖਿਆ ਹੈ ਭਰਿਆ ਘੁੱਟ, ਖੁੱਲ੍ਹ ਗਈਆਂ ਅੱਖਾਂ। ਜਦੋਂ ਉਹਨਾਂ ਨੇ ਪਾਣੀ ਦਾ ਘੁੱਟ ਭਰਿਆ, ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਮੈਨੂੰ ਲੋਕ ਪ੍ਰਲੋਕ ਦੀ ਖਬਰ ਹੋ ਗਈ, ਮੇਰੀ ਉਹ ਅੱਖ ਬਣ ਗਈ ਹੈ ਕਿ ਜਿਹੜੀ ਮੈਂ ਸਭ ਕੁਛ ਸਾਰੀ ਦੁਨੀਆਂ ਨੂੰ ਦੇਖ ਰਹੀ ਹਾਂ, ਲੇਕਿਨ ਮੈਂ ਕਹਿੰਦੀ ਕੁਛ ਨਹੀਂ। ਲੇਕਿਨ ਉਹ ਇੱਕ ਦਿਨ ਦਾ ਮਸਲਾ ਨਹੀਂ ਸੀ, ਪਿਛਲੇ ਕਈ ਜਨਮਾਂ ਦੀ ਉਸਦੀ ਕਮਾਈ ਸੀ ਜਿਹੜੀ ਇੱਕ ਜਨਮ ਦੇ ਵਿੱਚ ਪ੍ਰਗਟ ਹੋਈ। ਅਸੀਂ ਉਸ ਅੱਖ ਨੂੰ ਬਣਾਉਣਾ ਹੈ ਜਿਸ ਅੱਖ ਦੇ ਨਾਲ ਅਸੀਂ ਆਪਣੇ ਹੱਕ ਨੂੰ ਪਛਾਣੀ ਔਰ ਉਸ ਮਾਲਕ ਨੂੰ ਦੇਖੀਏ, ਪਰ ਉਹ ਅੱਖ ਸਾਡੀ ਯਕਦਮ ਨਹੀਂ ਬਣ ਸਕਦੀ, ਸਾਨੂੰ ਉਹਦਾ ਕੋਰਸ ਕਰਨਾ ਪਏਗਾ, ਕੁਛ ਟਾਈਮ ਲੱਗੇਗਾ। ਜੇ ਸਾਡੀ ਉਹ ਅੱਖ ਬਣ ਜਾਏ, ਅਸੀਂ ਆਪਣੇ ਮਾਲਕ ਨੂੰ ਦੇਖ ਲਈ, ਕਿਉਂਕਿ ਉਹ ਦੂਰ ਨਹੀਂ, ਉਹ ਨਜ਼ਦੀਕ ਤੋਂ ਨਜ਼ਦੀਕ ਬੈਠਾ ਹੈ, ਸਿਰਫ ਵਿੱਚ ਪਰਦਾ ਹੈ, ਉਮੇ ਦਾ ਪਰਦਾ ਹੈ। ਸਾਧੂ ਕਈ ਵਾਰ ਪ੍ਰਬੰਧ ਹੁੰਦੇ ਸੀ ਕਿ ਗੰਢੇ ਦੀ ਝੀਲੀ ਦਾ ਪਰਦ, ਜਿਹੜਾ ਝੀਲੀ ਹੁੰਦੀ ਉਹ ਗੱਭੇ ਰੱਖ ਦਿਓ ਅਤੇ ਮਿਕਣਾ ਤੀਸ ਦੂਸਰੇ ਲੋਹੇ ਨੂੰ ਨਹੀਂ ਖਿੱਚ ਸਕਦਾ।
ਹਾਲੀ ਉਹ ਬਰੀਕ ਤੋਂ ਬਰੀਕ ਆਉਂਦੀ ਹੈ। ਇਸੇ ਤਰ੍ਹਾਂ ਸਾਡੇ ਵਿੱਚ ਹੁੰਮੇ ਦਾ ਪਰਦਾ ਹੈ, ਉਹ ਦੀਵਾਰ ਖੜੀ ਹੈ, ਅਸੀਂ ਆਪਣੇ ਮਾਲਕ ਨੂੰ ਨਹੀਂ ਦੇਖ ਸਕਦੇ। ਫਕੀਰਾਂ ਨੇ ਉਸ ਦੀਵਾਰ ਨੂੰ ਬਣਾਉਣ ਵਾਸਤੇ ਦਿਨ ਰਾਤ ਮਿਹਨਤ ਕੀਤੀ, ਦਿਨ ਰਾਤ ਕੋਸ਼ਿਸ਼ ਕੀਤੀ, ਤਾਂ ਫਿਰ ਜਾਣੇ ਉਹਨਾਂ ਦੀ ਜ਼ਿੰਦਗੀਆਂ ਲੱਗ ਗਈਆਂ ਇਸ ਕੰਮ ਦੇ। ਫਿਰ ਕਦੀ ਜਾ ਕੇ ਉਹਨਾਂ ਨੂੰ ਹਾਸਲ ਹੋਇਆ ਆਪਣਾ ਜੋ ਵੀ ਮਿਹਨਤ ਕੀਤੀ ਉਸ ਮਿਹਨਤ ਦਾ ਫਲ ਮਿਲਿਆ। ਦਾਦੂ ਸਾਹਿਬ ਜੀ ਜੋ ਬਾਣੀ ਚ ਫਰਮਾਰੇ ਠੀਕ ਫਰਮਾਰੇ, ਹੈ ਦਾਦੂ ਤੂੰ ਪਹਿਲਾਂ ਮਰ ਲਓ ਪਿੱਛੇ ਮਰੇ ਸਭ ਕੋਈ, ਪਹਿਲਾਂ ਤੂੰ ਮਿੱਟੀ, ਦਾਦੂ ਸਾਹਿਬ ਨੇ ਕਿਹਾ ਮਿੱਟੀ ਹੋ ਜਾ, ਜਦ ਤੂੰ ਮਿੱਟੀ ਹੋਏਗਾ ਤੇਰਾ ਮਾਲਕ ਜਿਹੜਾ ਤੇਰੇ ਸਾਹਮਣੇ ਖਾ ਜਾਏਗਾ, ਜਦ ਤੂੰ ਹੋ ਹੀ ਮਿੱਟੀ ਗਿਆ ਤੇਰੇ ਪੁਰਨੇ ਮੁੱਕ ਗਏ, ਤੇਰੀਆਂ ਖਾਹਿਸ਼ਾਂ ਹੀ ਖਤਮ ਹੋ ਗਈਆਂ, ਤੂੰ ਮਾਲਕ ਹੀ ਮਾਲਕ ਹੈ। ਜੀਵਨ ਮਾਟੀ ਹੋ ਰਹੋ ਸਾਈ ਸਨਮੁਖ ਹੋਏ, ਦਾਦੂ ਪਹਿਲੇ ਮਰ ਰਹੋ ਪੀਛੇ ਮਰੇ ਸਭ ਕੋਏ, ਦਾਦੂ ਦਾਵਾ ਦੂਰ ਕਰ ਨਿਰਦਾਵੇ ਦਿਨ ਕਾਟ, ਕੇਤੀ ਸੌਦਾ ਕਰ ਗਏ ਪੰਸਾਰੀ ਕੇ ਹਾਟ। ਦਾਦੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ, ਹੈ ਦਾਦੂ ਤੂੰ ਦਾਵੇ ਨੂੰ ਦੂਰ ਕਰ। ਦਾਵਾ ਕਿਸ ਨੂੰ ਕਹਿੰਦੇ ਹੈ? ਅਸੀਂ ਅਹੰਕਾਰ ਤੇ ਮਾਣ ਜਿਸ ਨੂੰ ਕਹਿੰਦੇ ਹਾਂ, ਮੁਸਲਮਾਨ ਉਸ ਨੂੰ ਦਾਵਾ ਕਹਿੰਦੇ। ਤੋ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਅਹੰਕਾਰ ਜਾਂ ਮਾਣ ਹੁੰਦਾ ਹੈ, ਕੋਈ ਐਸਾ ਇਨਸਾਨ ਨਹੀਂ ਕਿ ਜਿਹਦੇ ਵਿੱਚ ਨਹੀਂ ਹੈ। ਕਿਸੇ ਨਾ ਕਿਸੇ ਚੀਜ਼ ਦਾ ਜ਼ਰੂਰ ਕੋਈ ਦਾਵਾ ਰੱਖਦਾ ਹੈ। ਦਾਦੂ ਸਾਹਿਬ ਜੀ ਕਹਿੰਦੇ ਕਿ ਤੂੰ ਦਾਵੇ ਨੂੰ ਦੂਰ ਕਰ, ਬਿਨ ਦਾਵੇ ਦਿਨ ਕੱਟ, ਹੈ ਦਾਦੂ ਕੇਤੀ ਸੌਦਾ ਕਰਕੇ ਇਸ ਪੰਸਾਰੀ ਕੇ ਹੱਥ। ਇਹ ਸੰਸਾਰ ਜਿਹੜਾ ਹੈ ਇਹ ਪੰਸਾਰੀ ਦਾ ਹੱਥ ਹੈ। ਜਿਸ ਤਰ੍ਹਾਂ ਪੰਸਾਰੀ ਦੇ ਹੱਥ 'ਤੇ ਕਈ ਸੌਦਾ ਲੈ ਗਏ ਅਤੇ ਲੈਣ ਆ ਜਾਂਦੇ, ਲੇਕਿਨ ਹੱਥ ਉਸੇ ਤਰ੍ਹਾਂ ਰਹਿੰਦਾ ਹੈ, ਉਦੋਂ ਸੌਦਾ ਨਹੀਂ ਮੁੱਕਦਾ। ਇਸੇ ਤਰ੍ਹਾਂ ਇਹ ਸੰਸਾਰ ਜਿਹੜਾ ਹੈ ਇਹ ਇੱਕ ਪੰਸਾਰੀ ਦਾ ਹੱਥ ਕਰਕੇ ਦਾਦੂ ਸਾਹਿਬ ਜੀ ਫਰਮਾਉਂਦੇ ਹੈ, ਔਕੇ ਦੀ ਸੌਦਾ ਕਰਕੇ ਪੰਸਾਰੀ ਕੇ। ਹੈ ਦਾਦੂ ਤੂੰ ਦਾਵੇ ਨੂੰ ਦੂਰ ਕਰ ਔਰ ਬਗੈਰ ਦਾਵੇ ਦਿਨ ਕੱਟ। ਦੇਖੋ ਸੰਤਾਂ ਦੀ ਪਾਲਸੀ ਕਿਹੜੀ ਵਧੀਆ ਸੀ ਕਿ ਸਾਡੇ ਵਿੱਚ ਜਿਹੜੇ ਗੁਨਾਹ ਨੇ, ਜਿਹੜੀਆਂ ਚੀਜ਼ਾਂ ਸਾਨੂੰ ਦੁੱਖ ਦੇਣ ਵਾਲੀਆਂ, ਜਿਹੜੀਆਂ ਚੀਜ਼ਾਂ ਸਾਨੂੰ ਮਾਲਕ ਦੇ ਰਸਤੇ ਵਿੱਚ ਰੁਕਾਵਟ ਪਾਉਣ ਵਾਲੀਆਂ, ਉਹਨਾਂ ਨੂੰ ਮਹਾਂਪੁਰਖ ਕਿੰਨੇ ਪਿਆਰ ਨਾਲ ਦੱਸ ਰਹੇ ਔਰ ਸਾਨੂੰ ਸਮਝਾ ਰਹੇ ਹੈ ਕਿ ਇਹਨਾਂ ਚੀਜ਼ਾਂ ਤੋਂ ਤੂੰ ਕਿਨਾਰਾ ਕਸ਼ ਕਰ, ਲਾਤਰਕ ਹੋ ਜਾ। ਸਾਨੂੰ ਹਰ ਬੰਦੇ ਨੂੰ ਕਿਸੇ ਨੂੰ ਅਕਲ ਦਾ ਮਾਣ, ਕਿਸੇ ਨੂੰ ਕਿਸੇ ਜਾਇਦਾਦ ਦਾ ਮਾਣ, ਕਿਸੇ ਨੂੰ ਸੱਜਣਾ ਮਿੱਤਰਾਂ ਦਾ ਮਾਣ, ਕਿਸੇ ਨੂੰ ਕੋਈ ਨਾ ਕੋਈ ਹਰ ਬੰਦੇ ਨੂੰ ਮਾਣ ਹੁੰਦਾ। ਦਾਦੂ ਸਾਹਿਬ ਜੀ ਫਰਮਾਉਂਦੇ ਕਿ ਤੂੰ ਇਹ ਮਾਣ ਛੱਡ ਦੇ, ਇਹ ਦਾਵੇ ਨੂੰ ਛੱਡ ਦੇ ਔਰ ਬਗੈਰ ਦਾਵੇ ਦਿਨ ਕੱਟ। ਹੈ ਦਾਦੂ ਦਾਵਾ ਦੂਰ ਕਰ ਨਿਰਦਾਵੇ ਦਿਨ ਕਾਟ, ਕੇਤੀ ਸੌਦਾ ਕਰ ਗਏ
ਬੰਸਾਰੀ ਕੇ ਹਾਟ ਦਾਦੂ ਦਾਵਾ ਯਾਦ ਕਾ ਨਿਰਦਾਵਾ ਕੈਸਾ ਦਿਲ ਕੀ ਦੁਰਮਤ ਦੂਰ ਕਰ ਸੌਦਾ ਕਰ ਐਸਾ। ਦਾਦੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਆਮ ਲੋਕ ਸਾਰੇ ਹੀ ਜਦੋਂ ਇਹ ਕਹਿੰਦੇ ਹਾਂ ਕਿ ਸਾਨੂੰ ਕੋਈ ਦਾਵਾ ਨਹੀਂ, ਕੋਈ ਹੰਕਾਰ ਨਹੀਂ, ਕੋਈ ਮਾਣ ਨਹੀਂ, ਅਸੀਂ ਕੁਛ ਨਹੀਂ ਕਰਦੇ। ਦਾਦੂ ਸਾਹਿਬ ਜੀ ਕਹਿੰਦੇ ਕਿ ਇਹਦੀ ਵੀ ਵੱਸ ਵੀ ਹੈ, ਇਹਦੀ ਵੀ ਕੋਈ ਗੁਣ ਹੈ ਇਹਦੇ ਵਿੱਚ। ਦਾਦੂ ਦਾਵਾ ਦੂਰ ਕਰ ਦਿਨ ਦਾਵੇ ਕੈਸਾ, ਦਿਲ ਕੀ ਦੁਰਮਤ ਦੂਰ ਕਰ ਸੌਦਾ ਕਰ। ਭਾਈ ਜਦ ਦਿਲ ਦੀ ਦੂਈ ਦੂਰ ਹੋ ਜਾਏਗੀ ਉਹ ਫਿਰ ਪਤਾ ਲੱਗੇਗਾ ਕਿ ਠੀਕ ਤੇਰੇ ਵਿੱਚ ਕੋਈ ਦਾਵਾ ਨਹੀਂ। ਜਦੋਂ ਤੇਰੇ ਵਿੱਚ ਕੋਈ ਦਾਵਾ ਨਹੀਂ ਹੋਏਗਾ ਤੇਰੇ ਵਿੱਚ ਦੂਈ ਨਹੀਂ ਹੋਏਗੀ, ਤੇਰੇ ਵਿੱਚ ਏਕਤਾ ਹੋਏਗੀ, ਪਿਆਰ ਹੋਏਗਾ, ਮੁਹੱਬਤ ਹੋਏਗੀ। ਜਦੋਂ ਸਾਡੇ ਵਿੱਚ ਦਾਵਾ ਨਹੀਂ ਹੋਏਗਾ ਸਾਡੇ ਵਿੱਚ ਦੂਈ ਵੀ ਨਹੀਂ ਹੋਏਗੀ। ਦਾਦੂ ਸਾਹਿਬ ਜੀ ਇਹਦੀ ਇਹ ਵਾਕ ਵੀ ਦੱਸ ਰਹੇ, ਪਛਾਣ ਦੱਸ ਰਹੇ ਨੇ ਕਿ ਜਿਹਦੇ ਵਿੱਚ ਦਾਵਾ ਨਹੀਂ ਉਹਦੇ ਵਿੱਚ ਦੂਈ। ਉਹ ਸਾਰਿਆਂ ਵਾਸਤੇ ਭਲਾ ਹੀ ਮੰਗੇਗਾ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਖੜਾ ਬਾਜ਼ਾਰ ਮੈਂ ਸਭ ਕੀ ਮੰਗੇ ਖੈਰ, ਨਾ ਕਾਇਸੇ ਦੋਸਤੀ ਨਾ ਕਾਇਸੇ ਬੈਰ। ਕਬੀਰ ਸਾਹਿਬ ਜੀ ਫਰਮਾਉਂਦੇ ਕਿ ਅਸੀਂ ਸਾਰਿਆਂ ਵਾਸਤੇ ਭਲਾ ਹੀ ਮੰਗ ਰਹੇ ਹਾਂ, ਖੈਰ ਮੰਗ ਰਹੇ ਹਾਂ, ਕਿ ਸਾਡੀ ਕਿਸੇ ਨਾਲ ਦੋਸਤੀ ਨਹੀਂ, ਕਿਸੇ ਨਾਲ ਸਾਡਾ ਕੋਈ ਬੈਰ। ਸੋ ਉਹ ਫਕੀਰ ਜਿਹਨਾਂ ਦੇ ਵਿੱਚ ਦੂਈ ਨਹੀਂ ਪਿਆਰ ਹੀ ਪਿਆਰ ਹੈ, ਉਹ ਸਾਰਿਆਂ ਵਾਸਤੇ ਭਲਾ ਹੀ ਮੰਗ ਹੈ। ਦਾਦੂ ਦਾਵਾ ਯਾਦ ਕਾ ਨਿਰਦਾਵਾ ਕੈਸਾ ਦਿਲ ਕੀ ਦੁਰਮਤ ਦੂਰ ਕਰ ਸੌਦਾ ਕਰ ਐਸਾ। ਨਹੀਂ ਤਾਂ ਸੇ ਸਭ ਹੁਆ ਫਿਰ ਨਹੀਂ ਹੋ ਜਾਏ ਦਾਦੂ ਨਾਹੀਂ ਹੋ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਹੁਣੇ ਤੇਰਾ ਵਕਤ ਹੈ, ਜੋ ਕੁਛ ਵੀ ਤੂੰ ਕਰਨਾ ਹੈ ਇਸੇ ਜਨਮ ਦੇ ਵਿੱਚ ਕਰਨਾ, ਇਸ ਤੋਂ ਬਾਅਦ ਤੈਨੂੰ ਕੋਈ ਐਸਾ ਸਮਾਂ ਨਹੀਂ ਮਿਲਣਾ ਕਿ ਤੂੰ ਫਿਰ ਕੁਛ ਕਰ ਸਕੇਗਾ। ਇਹ ਮਨੁੱਖ ਜਨਮ ਜੋ ਹੈ ਇਹਦੇ ਵਿੱਚ ਅਸੀਂ ਮਾਲਕ ਦੀ ਭਗਤੀ ਕਰ ਸਕਦੇ ਹਾਂ, ਇਹਦੇ ਵਿੱਚ ਹੀ ਅਸੀਂ ਕੋਈ ਸਾਧ ਸੰਗ ਦੀ ਸੇਵਾ ਕਰ ਸਕਦੇ ਹਾਂ, ਔਰ ਕੋਈ ਐਸਾ ਜਨਮ ਨਹੀਂ। ਜਦ ਅਸੀਂ ਜਰਾਸੀ ਵੀ ਚਲਾ ਗਏ, ਜਦ ਪਸ਼ੂ ਬਣਾਂਗੇ, ਪਰਿੰਦੇ ਬਣਾਂਗੇ, ਕੁੱਤੇ ਬਿੱਲੇ ਬਣਾਂਗੇ, ਕੀ ਕਰ ਸਕਦੇ ਫਿਰ ਅਸੀਂ ਕੀ ਕਰਾਂਗੇ। ਦਾਦੂ ਸਾਹਿਬ ਜੀ ਕਹਿੰਦੇ ਹੈ ਕਿ ਇਹ ਤੇਰਾ ਸਮਾਂ, ਹੁਣੇ ਤੈਨੂੰ ਮੌਕਾ ਮਿਲਿਆ, ਇਸ ਸਮੇਂ ਵਿੱਚ ਜੋ ਤੂੰ ਕਰਨਾ ਕਰ ਲੈ, ਫਿਰ ਤੈਨੂੰ ਐਸਾ ਸਮਾਂ ਨਹੀਂ ਮਿਲੇਗਾ। ਫਿਰ ਨਹੀਂ ਹੋ ਜਾਏ ਦਾਦੂ ਨਾਹੀਂ ਹੋ ਰਹੋ ਸਹਿਬ ਸੇ ਲੋ ਲਾਏ ਉਪਜੇ ਬਿਨ ਸੇ ਗੁਣ ਤਰੇ ਜੇ ਮਾਇਆ ਕਾ ਰੂਪ ਦਾਦੂ ਦੇਖਤ ਸਿਰ ਨਹੀਂ ਛਿਨ ਜਾਇਆ ਛਿਨ ਦੂਪ।
ਦਾਦੂ ਸਾਹਿਬ ਜੀ ਇਸ ਦੁਨੀਆਂ ਦੇ ਇਸ ਮਾਇਆ ਦੇ ਬਾਰੇ ਫਰਮਾ ਰਹੇ ਹੈ ਕਿ ਦਾਦੂ ਇਹ ਜਿਹੜੀ ਦੁਨੀਆਂ ਦੀ ਮਾਇਆ ਹੈ ਇੱਕ ਧੁੱਪ ਛਾਂ, ਜਿਸ ਤਰ੍ਹਾਂ ਕਦੀ ਸੂਰਜ ਅੱਗੇ ਬੱਦਲ ਆ ਗਿਆ, ਕਦੀ ਬੱਦਲ ਪਰਾਂ ਹੋ ਗਿਆ, ਧੁੱਪ ਆ ਗਈ। ਇਸ ਤਰ੍ਹਾਂ ਇਹ ਦਰਖਤ ਦਾ ਸ਼ੌਰਾ ਹੈ। ਕਈ ਵਾਰ ਦਰਖਤ ਦਾ ਸ਼ੌਰਾ ਇੱਕ ਦਿਨ 'ਚ ਬਦਲਦਾ ਹੈ। ਔਰ ਇਹ ਦੁਨੀਆਂ ਦੀ ਜਿਹੜੀ ਮਾਇਆ ਜਿਹਦੇ ਉੱਤੇ ਤੂੰ ਮੋਹਿਤ ਹੋਇਆ ਹੈ, ਇਹ ਇਸ ਤਰ੍ਹਾਂ ਦੀ ਹੈ, ਤੂੰ ਇਹਦੇ 'ਤੇ ਮੋਹਿਤ ਨਾ। ਇਹ ਆਮ ਜਾਣ ਦਾ ਸਿਲਸਿਲਾ ਹੈ। ਮੈਂ ਕਈ ਵਾਰ ਇਹ ਦੱਸਿਆ ਕਿ ਇੱਕ ਸ਼ਾਹੂਕਾਰ ਸੀ, ਉਸ ਸ਼ਾਹੂਕਾਰ ਦੇ ਪਾਸ ਬਹੁਤ ਸਾਰੀ ਮਾਇਆ ਸੀ, ਪਰ ਉਸ ਮਾਇਆ ਨੂੰ ਕਦੀ ਉਸਨੇ ਕਿਸੇ ਸਾਧ ਸੰਗਤ 'ਚ ਨਹੀਂ ਲਗਾਇਆ, ਆਪਣੇ ਸਰੀਰ ਨੂੰ ਵੀ ਕਦੀ ਸੁਚੀ ਨਹੀਂ ਰੱਖਿਆ, ਕਦੀ ਕਿਸੇ ਸੱਜਣ ਮਿੱਤਰ ਦਾ ਹੱਥ ਨਹੀਂ ਵਟਾਇਆ। ਇੱਕ ਦਿਨ ਮਾਇਆ ਨੇ ਕਿਹਾ, ਕਹਿ ਸ਼ਾਹੂਕਾਰ ਮੈਂ ਤੇਰੇ ਘਰੋਂ ਚਲੇ ਜਾ, ਫਲਾਣੇ ਪਿੰਡ ਦੇ ਵਿੱਚ ਫਲਾਣਾ ਬੰਦਾ ਉਸਦੇ ਘਰ ਜਾਣਾ। ਉਹ ਬੰਦਾ ਬੜਾ ਗਰੀਬ ਸੀ, ਨਜ਼ਦੀਕ ਇੱਕ ਦਰਿਆ ਸੀ, ਜਦ ਵੀ ਹੜ੍ਹ ਆਉਣਾ ਉਸਨੇ ਦਰਿਆ 'ਤੇ ਜਾਣਾ, ਗੁਜਰ ਮੁੰਡ ਫੜ ਕੇ ਉਹ ਮਿਲ ਜਾਣੀ, ਉਸਨੂੰ ਪਾੜ ਕੇ ਉਸਨੇ ਬਾਜ਼ਾਰ ਵੇਚਣਾ, ਉਹਦੇ ਤੋਂ ਉਸਨੇ ਗੁਜ਼ਾਰਾ ਕਰ। ਤੂੰ ਜੋ ਕੁਛ ਕਰਨਾ ਕਰ ਲੈ, ਮੈਂ ਤੇਰੇ ਘਰੋਂ ਚਲੇ ਜਾ। ਸ਼ਾਹੂਕਾਰ ਨੇ ਸੋਚਿਆ ਕੀ ਕੀਤਾ ਜਾਏ, ਉਹਨੇ ਸਭ ਕੁਛ ਵੇਚ ਕੇ ਸੋਨਾ ਖਰੀਦ ਲਿਆ। ਸੋਨਾ ਖਰੀਦ ਲਿਆ, ਸੋਨੇ ਦੇ ਵੱਡੇ ਵੱਡੇ ਲੰਬੇ ਸਰੀਏ ਬਣਾ ਲਏ, ਇੱਕ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ, ਅਤੇ ਲੱਕੜੀ ਦੇ ਜੋ ਥੰਮ ਵਿੱਚ ਰੱਖਣੇ ਸੀ ਉਹਦੇ ਵਿੱਚ ਪੋਲ ਕੀਤੇ, ਉਹਦੇ ਵਿੱਚ ਸੋਨੇ ਦੇ ਸਰੀਏ ਪਾ ਲਏ। ਸੋਨੇ ਦੇ ਸਰੀਏ ਪਾ ਕੇ ਮਕਾਨ ਛੱਤ ਲਿਆ, ਅੰਦਰ ਬੈਠ ਗਿਆ। ਬਹਿ ਕੇ ਕਹਿੰਦਾ, ਹੇ ਮਾਇਆ ਹੁਣ ਤੂੰ ਕਿੱਧਰ ਜਾਏ, ਮੈਂ ਤੈਨੂੰ ਬੜੇ ਤਰੀਕੇ ਨਾਲ ਕਾਬੂ ਕੀਤਾ, ਤੂੰ ਹੁਣ ਇੱਥੋਂ ਜਾ ਨਹੀਂ ਸਕਦੀ। ਪਰ ਨਜ਼ਦੀਕ ਛੋਟੇ ਜਿਹੇ ਦਰਿਆ ਵਗਦਾ ਸੀ, ਕੁਦਰਤੀ ਬਦਲ ਪਿਆ, ਦਰਿਆ ਨੂੰ ਢਾਲ ਲੱਗੀ, ਉਹ ਮਕਾਨ ਦੇ ਥੱਲੇ ਪੈ ਗਿਆ, ਮਕਾਨ ਰੁੜ ਗਿਆ। ਜਦੋਂ ਮਕਾਨ ਰੁੜ ਗਿਆ, ਉਹ ਬੰਦਾ ਜਿਹੜਾ ਦਰਿਆ 'ਤੇ ਆਉਂਦਾ ਸੀ ਉਸ ਨੂੰ ਉਹ ਥੰਮ ਜਿਹੜਾ ਸੀ ਲੱਕੜ ਦਾ ਲੱਭ ਗਿਆ। ਘਰ ਗਿਆ, ਜਦ ਉਸਨੂੰ ਪਾੜਿਆ ਉਹਦੇ 'ਚੋਂ ਸੋਨਾ ਨਿਕਲਿਆ। ਸੋਨਾ ਜਦ ਨਿਕਲਿਆ, ਕਈ ਵਾਰ ਦੱਸਿਆ ਕਿ ਅਕਲ ਬੰਦੇ 'ਚ ਨਹੀਂ ਹੈਗੀ, ਅਕਲ ਮਾਇਆ ਵਿੱਚ। ਜਿਸ ਦੇ ਪਾਸ ਮਾਇਆ ਆ ਜਾਂਦੀ ਹੈ ਉਸ ਨੂੰ ਅਕਲ ਵੀ ਆ ਗਈ, ਜੋ ਆਪੇ ਅਕਲ ਦੱਸ ਦਿੰਦੀ ਹੈ, ਆਪੇ ਹੀ ਅਕਲ ਦੱਸ ਦਿੰਦੀ ਹੈ। ਅਸੀਂ ਕਈ ਵਾਰ ਵਿਚਾਰ ਕੀਤੀ ਹੈ ਕਿ ਪਹਿਲੇ ਵਕਤਾਂ 'ਚ ਲੋਕ ਛੈਨਿਆਂ 'ਚ ਲੱਸੀਆਂ ਪੀਂਦੇ ਹੁੰਦੇ ਸੀ, ਪਾਣੀ ਵੀ ਪੀਂਦੇ ਹੁੰਦੇ ਸੀ, ਉਸ ਤੋਂ ਬਾਅਦ ਗਲਾਸ ਚਲੇ, ਗਲਾਸਾਂ 'ਚ ਪਾਣੀ ਵੀ ਪੀ ਲੈਣਾ ਲੋਕਾਂ, ਚਾਹ ਪਾਣੀ ਚਾਹ ਵੀ ਪੀ ਲੈਣੀ। ਉਹਦੇ ਬਾਅਦ ਫਿਰ ਲੱਗੀ ਅਕਲ ਕੰਮ ਕਰਨ, ਮਾਇਆ ਜਿਹੜੀ ਸੀ ਵਧਣ ਲੱਗੀ। ਫਿਰ ਕੱਪ ਚਲੇ, ਕੱਪ ਵੀ ਇੱਕ ਕੱਪ ਦੇ ਥੱਲੇ ਦਵਾਕੜੀ ਜਿਹੀ ਪਾ ਦਿੰਦੇ ਹੈਗੇ, ਉੱਪਰ ਦੱਸੋ ਵੀ ਉਹ ਜਿਹੜੀ ਥੱਲੇ ਵਾਲੀ ਉਹ ਵੀ ਕੰਮ ਕਰਦੀ ਹੈਗੀ, ਕੱਪ ਦੇ ਵਿੱਚ ਤਾਂ ਚਾਹ ਪਾ ਲਈ ਸੀ, ਜੇ ਉਹ ਬੰਦੇ ਕੋਲ ਡੇਗੀ ਦੇ ਦਿਓ ਤਾਂ 50 ਟੋਟੇ ਹੋ ਜਾਂਦੇ ਹੈ। ਕਈ ਇਸ ਤਰ੍ਹਾਂ ਡਿੱਗ ਪੈਂਦੀ ਹੈਗੀ, ਉਹ ਜਿਹੜੀ ਥੱਲੇ ਉਹ ਕੀ ਕਰਦੀ, ਉਹ ਕੱਪ ਦੇ ਚਾਹ ਪਾ ਹੀ ਲਈ ਅਤੇ ਚਲੋ ਮੰਨਿਆ ਚਾਹ ਪੀ ਲਈ। ਉਹ ਥੱਲੇ ਵਾਲੀ ਜਿਹੜੀ ਹੈ ਉਹ ਕੱਪ ਬੰਦਾ ਡੁੱਲ ਲਈ ਕੱਪ ਦੇ ਫੜਿਆ ਹੀ ਹੁੰਦਾ, ਉਹਨੇ ਕੀ ਕਰਨਾ ਬੜਾ ਦੱਸੋ। ਪਰ ਹੁਣ ਮਾਇਆ ਜਿਹੜੀ ਗਾਂਹ ਗਾਂਹ ਵਧਾਈ ਜਾਂਦੀ ਹੈ, ਫਰਜ਼ਾ
ਤੇ ਤੂੰ ਇਹ ਵੀ ਰੱਖ, ਇਹ ਸਵਾਗਲੀ ਜੀ ਵੀ ਵਿੱਚ ਰੱਖ ਦੇ ਥੱਲੇ। ਜੇ ਉਹ ਨਾ ਵੀ ਰੱਖੀਏ ਤੇ ਕੱਪ ਇੱਦਾਂ ਨੀ ਫੜਿਆ ਜਾਂਦਾ ਹੈਗਾ, ਫੜਿਆ ਜਾਂਦਾ ਕੱਪ, ਡੋਂਡਲੀ ਤੇ ਹੁੰਦੀ ਹੈ ਨਾ ਕੱਪ ਨੂੰ। ਪਰ ਹੁਣ ਉਹ ਜਿਹੜੀ ਮਾਇਆ ਉਹ ਗਾਹ ਗਾਹ ਵਧਾਈ ਹੈ, ਜੇ ਉਹ ਡਿੱਗ ਜਾਏ ਤਾਂ ਉਹਦੇ ਕਈ ਟੋਟੇ ਹੋ ਜਾਂਦੇ ਹੈ। ਇੱਕ ਵਾਰੀ ਜਵਾਬ ਚੰਗਾ ਹੈਗਾ। ਹੁਣ ਅਕਲ ਜਿਹੜੀ ਹੈ ਬੰਦੇ ਵਿੱਚ ਨਹੀਂ ਹੈਗੀ, ਅਕਲ ਹੈ ਮਾਇਆ ਵਿੱਚ। ਜਿਸ ਦੀ ਬਾਤ ਆ ਜਾਂਦੀ ਹੈ ਉਸ ਨੂੰ ਸਾਰੀਆਂ ਅਕਲਾਂ ਦੇ ਦਿੰਦੀ। ਉਹ ਗਰੀਬ ਬੰਦਾ ਸੀ, ਉਸ ਨੇ ਸੋਨਾ ਵੇਚਿਆ, ਦੁਕਾਨ ਬਣਾ ਲਈ, ਸੌਦਾ ਪਾ ਲਿਆ, ਸ਼ਾਹ ਬਣ ਕੇ ਬੈਠ ਗਿਆ, ਮਕਾਨਾਂ ਦੀ ਤਬਦੀਲੀ ਕਰ ਦਿੱਤੀ, ਹਰ ਇੱਕ ਚੀਜ਼ ਦੀ ਅੰਦਰੋਂ ਤਬਦੀਲੀ ਕਰ ਦਿੱਤੀ, ਵਰਤਨਾਂ ਦੀ ਤਬਦੀਲੀ ਕਰ ਦਿੱਤੀ। ਹੁਣ ਉਹ ਸ਼ਾਹੂਕਾਰ ਜਿਹੜਾ ਉਹ ਸੋਚਦਾ ਹੈ ਕਿ ਮੈਂ ਟਰਾਈ ਤੋਂ ਕਰਾਂ ਕਿ ਮਾਇਆ ਨੇ ਕਿਹਾ ਸੀ ਕਿ ਫਲਾਣੇ ਪਿੰਡ ਔਰ ਫਲਾਣੇ ਬੰਦੇ ਦੇ ਘਰ ਮੈਂ ਜਾਣਾ, ਦੇਖੀਏ ਗਈ ਵੀ ਹੈਗੀ ਜਾਂ ਨਹੀਂ ਗਈ। ਫਿਰਦਾ ਫਿਰਦਾ ਉਸ ਪਿੰਡ ਵਿੱਚ ਆ ਗਿਆ, ਉਸ ਬੰਦੇ ਦਾ ਘਰ ਪੁੱਛਿਆ, ਘਰ ਚਲਾ ਗਿਆ, ਦੁਕਾਨ ਤੇ ਚਲਾ ਗਿਆ, ਪੁੱਛਿਆ ਭਾਈ ਕਿ ਫਲਾਣੇ ਦਿਨ ਤੈਨੂੰ ਕੋਈ ਲੱਕੜ ਲੱਭੀ ਹੈ? ਕਹਿੰਦਾ ਜੀ ਹਾਂ ਲੱਭੀ। ਉਹਦੇ ਵਿੱਚੋਂ ਕੀ ਨਿਕਲਿਆ? ਕਹਿੰਦੇ ਉਹਦੇ ਚੋਂ ਸੋਨਾ ਨਿਕਲਿਆ। ਕਹਿੰਦਾ ਠੀਕ ਹੈ, ਉਹ ਮੇਰੇ ਘਰੋਂ ਆਇਆ ਸੀ। ਜਵਾਨੇ ਚੰਗੀ ਸੀ, ਉਸਨੇ ਸੋਚਿਆ ਗਰੀਬ ਹੋ ਗਿਆ ਭਾਈ, ਕੁਝ ਥੋੜਾ ਬਹੁਤ ਤੂੰ ਲੈ ਜਾ, ਦੋਵੇਂ ਰਲ ਮਿਲ ਕੇ ਗੁਜ਼ਾਰਾ ਕਰ ਲੈਂਦੇ। ਕਹਿਣ ਲੱਗਾ ਨਹੀਂ, ਹੁਣ ਇਹ ਮੇਰੇ ਪਾਸ ਰਹਿਣਾ ਨਹੀਂ ਹੈ, ਇਹ ਮੇਰੇ ਪਾਸ ਰਹਿਣਾ ਨਹੀਂ। ਇਸਨੇ ਕਿਹਾ ਸੀ ਕਿ ਮੈਂ ਤੇਰੇ ਘਰੋਂ ਚਲੇ ਜਾਣਾ, ਮੈਂ ਰਹਿਣਾ ਨਹੀਂ, ਤੂੰ ਜੋ ਇੰਤਜ਼ਾਮ ਕਰਨਾ ਕਰ ਲੈ। ਮੈਂ ਆਪਣੇ ਵੱਲੋਂ ਤਾਂ ਇੰਤਜ਼ਾਮ ਬੜਾ ਕੀਤਾ ਸੀ, ਲੇਕਿਨ ਨਹੀਂ ਰਹੇ। ਉਸਨੇ ਕਿਹਾ 2-4 ਕਿਲੋ ਆਟਾ ਲੈ ਜਾ। ਕਹਿੰਦੇ ਚਲੋ ਆਟਾ ਲੈ ਜਾਂਦੇ ਆ। ਉਸਨੇ ਟਪੜੇ ਨਾਲ ਥੋੜੇ ਜਿਹੇ ਟੋਟੇ ਸੋਨੇ ਦੇ ਕਰਕੇ ਉਹਦੇ ਆਟੇ ਦੇ ਪਾ ਦਿੱਤੇ, ਕਿਸੇ ਦੇ ਪਾ ਦਿੱਤੇ, ਘਰ ਲੈ ਗਿਆ। ਕੁਦਰਤੀ ਮੰਗਤ ਆਇਆ, ਉਹਨੂੰ ਉਹਦੇ ਵਿੱਚੋਂ ਬੁੱਕ ਭਰ ਕੇ ਆਟਾ ਉਹਦੀ ਝੋਲੀ 'ਚ ਪਾ ਦਿੱਤਾ, ਜਿਹੜੇ ਸੋਨੇ ਦੇ ਟੋਟੇ ਸੀ ਉਹਦੀ ਝੋਲੀ 'ਚ ਚਲਾ ਗਏ। ਉਹ ਜਦ ਮੰਗਤ ਉਸ ਪਿੰਡ ਵਿੱਚ ਆ ਗਿਆ, ਝੋਲੀ ਪਾੜੀ 'ਚ, ਉਸੇ ਦੁਕਾਨ 'ਤੇ ਆ ਕੇ ਆਟਾ ਵੇਚ ਦਿੱਤਾ। ਜਦ ਉਸਨੇ ਵੀ ਝੱਟ ਮਾਰਿਆ ਤਾਂ ਸੋਨੇ ਦੇ ਟੋਟੇ ਉਹ ਜਾ ਗਏ। ਸੋਚਦਾ ਹੈ ਠੀਕ ਹੈ, ਜੋ ਮਾਇਆ ਨੇ ਕਿਹਾ ਕਿ ਮੈਂ ਜਿੱਥੇ ਜਾਣਾ ਉੱਥੇ ਜਾਣਾ ਹੈ, ਜਿੱਥੋਂ ਜਾਣਾ ਉੱਥੋਂ ਵੀ ਚਲੇ ਜਾ। ਮੈਂ ਉਸ ਨੂੰ ਟਬਲੇ ਨਾਲ ਦਿੱਤੀ ਵੀ ਚਲੋ ਇਹ ਘਰ ਜਾ ਕੇ ਲੈ ਲਏਗਾ, ਲੇਕਿਨ ਫਿਰ ਵਾਪਸ ਮੇਰੇ ਪਾਸ ਆ ਜਾਊ। ਸੋ ਦਾਦੂ ਸਾਹਿਬ ਜੀ ਜੋ ਬਾਣੀ 'ਚ ਫਰਮਾਰੇ ਠੀਕ ਫਰਮਾਰੇ ਆ ਭਾਈ, ਇਹ ਦੁਨੀਆਂ ਦੀ ਮਾਇਆ ਜਿਹੜੀ ਹੈ, ਮਾਇਆ ਕਿਸੇ ਪੈਸਿਆਂ ਨੂੰ ਨਹੀਂ ਕਿਹਾ ਜਾਂਦਾ। ਅਦੂ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜੋ ਕੁਛ ਅਸੀਂ ਅੱਖਾਂ ਨਾਲ ਦੇਖਦੇ ਹਾਂ ਸਭ ਮਾਇਆ ਹੀ, ਜੋ ਵੀ ਸਾਡੇ ਦ੍ਰਿਸ਼ਮਾਨ ਅੱਖਾਂ ਇਹ ਸਾਰੀ ਮਾਇਆ ਹੈ, ਸੱਜਣ ਮਿੱਤਰ ਮਾਇਆ, ਸਾਡਾ ਸਰੀਰ ਵੀ ਮਾਇਆ ਹੈ ਔਰ ਜਾਇਦਾਦਾਂ ਵੀ ਮਾਇਆ, ਹਰ ਇੱਕ ਚੀਜ਼ ਮਾਇਆ ਹੀ ਹੈ, ਕਿਉਂਕਿ ਸਾਨੂੰ ਸਾਡਾ ਸਰੀਰ ਵੀ ਭੁਲਾਉਂਦਾ ਹੈ, ਇਹ ਵੀ ਮਾਇਆ ਹੀ ਹੈ। ਗੁਰੂ ਸ਼ਨੇ ਦਾਦੂ ਸਾਹਿਬ ਜੀ ਫਰਮਾਉਂਦੇ ਹੈ ਕਿ ਇਹ ਤੋਂ ਪਛਾਣ ਹੈ, ਇਹ ਕਾਲ ਬਨੇਰੇ ਦਾ ਹੈ, ਇਹਦੇ ਤੇ ਮੋਹ ਧੋਣ ਦੀ ਜ਼ਰੂਰਤ ਨਹੀਂ। ਉਪਜੈ ਬਿਨ ਸੇ ਗੁਣ ਤਰੇ, ਜੇ ਮਾਇਆ ਕਾ ਰੂਪ ਦਾਦੂ ਦੇਖਤ ਸਿਰ ਨਹੀਂ,
ਛਿਨ ਛਾਇਆ ਛਿਨ ਧੂਪ। ਸਾਧੂ ਸਾਹਿਬ ਜੀ ਕਹਿੰਦੇ ਹੈ ਕਿ ਇਹ ਸਿਰ ਰਹਿਣ ਵਾਲੀ ਚੀਜ਼ ਨਹੀਂ ਤੇ ਨਾ ਹੀ ਕਿਸੇ ਸਿਰ ਰਹਿੰਦੀ ਹੈ। ਛਿਨ ਛਾਇਆ ਛਿਨ ਧੂਪ, ਦਰਖਤ ਦੀ ਛਾਂ, ਕਦੀ ਛਾਂ ਆ ਜਾਂਦੀ, ਕਦੇ ਧੁੱਪ ਆ ਜਾਂਦੀ, ਸ਼ੌਰਾ ਕਦੀ ਕਿਸੇ ਪਾਸੇ ਚਲ ਜਾਂਦਾ, ਕਦੇ ਕਿਸੇ ਪਾਸੇ ਚਲ ਜਾਂਦਾ। ਉਪਜੇ ਬਿਨ ਸੇ ਗੁਣ ਤਰੇ ਜੇ ਮਾਇਆ ਕਾ ਰੂਪ। ਦਾਦੂ ਦੇਖਤ ਫਿਰ ਨਹੀਂ ਛਿਨ ਛਾਇਆ ਛਿਨ ਧੂਪ। ਬਿਪਤ ਭਰੀ ਗੁਰ ਸੰਗ ਮੇ ਕਿਆ ਕਸੌਟੀ ਦੁੱਖ। ਨਾਮ ਬਿਨਾ ਕਿਸ ਕਾਮ ਕੇ ਦਾਦੂ ਸੰਪਤ ਸੁਖ। ਦਾਦੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਹੈ ਕਿ ਬਿਪਤਾ ਵੀ ਹੋ ਜਾਏ ਲੇਕਿਨ ਸਤਿਗੁਰ ਦੀ ਸ਼ਰਨ ਨਾ ਛੁੱਟੇ। ਬੇਸ਼ੱਕ ਦੁੱਖ ਵੀ ਹੋ ਜਾਏ ਸਤਿਗੁਰ ਦੀ ਸ਼ਰਨ ਨਾ ਛੁੱਟੇ। ਨਾ ਬਿਨਾ ਕਿਸ ਕਾਮ ਨੇ ਦਾਦੂ ਸੰਪਤ ਸੁਖ। ਅਗਰ ਸੁਖੀਆ ਵੀ ਕੋਈ ਹੋਏਗਾ, ਕੋਈ ਦੁਨੀਆਂ ਦੀ ਮਾਨ ਵਧਾਈ ਮਿਲ ਗਈ, ਧਨ ਪਦਾਰਥ ਮਿਲ ਗਿਆ, ਕੋਈ ਹੋਰ ਚੀਜ਼ ਦੁਨੀਆਂ ਦੀ ਮਿਲ ਗਈ, ਤੇ ਜੇ ਨਾ ਪੱਲੇ ਨਾ ਹੋਏਗਾ ਤੇ ਕਿਸ ਕੰਮ ਹੈ, ਕੀ ਫਾਇਦਾ ਹੋਏਗਾ। ਅਗਰ ਦੁੱਖ ਵੀ ਹੈ, ਜਿਸ ਤਰ੍ਹਾਂ ਕਬੀਰ ਸਾਹਿਬ ਨੇ ਫਰਮਾਇਆ, ਨਾਮ ਜਪਤ ਪੁਸ਼ਟੀ ਭਲਾ ਤੋ ਤੋ ਪਏ ਜਾਣ। ਕੈਂਚਨ ਦੀ ਕਿਸ ਕੰਮ ਹੈ ਜਿਸ ਮੁੱਖ ਨਹੀਂ ਨਾਮ। ਦਾਦੂ ਸਾਹਿਬ ਜੀ ਕਹਿੰਦੇ ਪੁਸ਼ਟੀ ਵੀ ਚੰਗਾ ਹੈ ਜੇ ਨਾਮ ਜਪੇ ਤੇ, ਔਰ ਕੈਂਚਨ ਦੇ ਕਿਸ ਕੰਮ ਹੈ ਜਿਸ ਮੁੱਖ ਨਹੀਂ ਨਾਮ। ਜਿਸ ਦੇ ਮੁੱਖ ਵਿੱਚ ਨਾਮ ਨਹੀਂ ਉਹ ਬੜਾ ਅੱਛਾ ਹੋਏਗਾ। ਦੇਖੀ ਨਾਮ ਜਪਤ ਕੰਨਿਆ ਭਲੀ ਸਾਥ ਭਲਾ ਨਾ ਪੂਤ। ਜਉ ਸ਼ੇਰੀ ਕਰ ਮੈਮਨੇ ਨਾ ਦੂਧ ਨਾ ਮੈਂ। ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਨਾਮ ਜਪਦੀ ਕੰਨਿਆ ਵੀ ਚੰਗੀ, ਸਾਕਤ ਪੁੱਤ ਵੀ ਪੈੜਾ ਹੈ। ਜਾਂ ਤੁਸੀਂ ਕਈ ਵਾਰ ਬੱਕਰੀਆਂ ਦੇਖਿਆ, ਉਹਨਾਂ ਦੇ ਗਲ ਦੇ ਥੱਲੇ ਥਣ ਹੁੰਦੇ ਆ, ਨਾ ਉਹ ਦੁੱਧ ਨਾ ਕੁਛ ਵੀ ਨਹੀਂ ਹੁੰਦਾ, ਕੋਈ ਫਾਇਦਾ ਹੀ ਨਹੀਂ। ਸੋ ਮਹਾਂਪੁਰਖ ਤੇ ਉਸੇ ਦੀ ਸ਼ੋਭਾ ਕਰਦੇ ਆ ਜਿਹੜਾ ਨਾਮ ਜਪਦਾ ਹੈ। ਹਾਏ ਉਹ ਕੋਈ ਗਰੀਬ ਹੈ ਜਾਂ ਅਮੀਰ ਹੈ, ਇਸਤਰੀ ਹੈ, ਪੁਰਸ਼ ਹੈ, ਬੱਚਾ ਹੈ, ਬੁੱਢਾ ਹੈ, ਕੋਈ ਵੀ ਹੈ, ਜੋ ਨਾਮ ਜਪਦਾ ਈਸ਼ਵਰ ਦਾ ਪੈਰ ਉਹ ਬੰਦਗੀ ਕਰਦਾ ਹੈ, ਪਿਆਰ ਉਹਦੇ ਵਿੱਚ, ਮਹਾਂਪੁਰਖ ਉਸੇ ਦੀ ਤਰੀਫ ਕਰਦੇ। ਬਿਪਤ ਭਲੀ ਗੁਰ ਸੰਗ ਮੇ ਕਾਇਆ ਕਸੌਟੀ ਦੁੱਖ। ਨਾਮ ਬਿਨਾ ਕਿਸ ਕਾਮ ਕੇ ਦਾਦੂ ਸੰਪਤ ਸੁਖ। ਕਿਆ ਮੁਗਲੇ ਹੱਸ ਬੋਲੀਏ ਦਾਦੂ ਦੀ ਜੇ ਰੋਏ। ਜਨਮ ਮੋਲ ਕੇ ਆਪਣਾ ਚੱਲਾ ਕਾਰਜ ਖੋਏ। ਦਾਦੂ ਸਾਹਿਬ ਜੀ ਇਸ ਸਰੀਰ ਤੇ ਆਨੰਦ ਪਾ ਰਹੇ, ਕਿਆ ਮੁਖਲੇ ਹੱਸੀਏ ਦਾਦੂ ਦੀ ਜੇ ਰੋਏ। ਕਿਹੜੇ ਮੂੰਹ ਨਾਲ ਅਸੀਂ ਹੱਸੀਏ ਦਾਦੂ ਸਾਹਿਬ ਜੀ ਰੋਏ। ਜਨਮ ਅਮੋਲਕ ਆਪਣਾ ਚੱਲਿਆ ਕਾਰਜ ਖੋਏ। ਇਹ ਜਨਮ ਸਾਨੂੰ ਬੜਾ ਅੱਛਾ ਜਨਮ ਮਿਲਿਆ ਸੀ। ਇਹ ਸਭ ਜਨਮਾਂ ਦਾ ਇੱਕ ਅਵਸਰ ਜਨਮ ਹੈ।
ਕਿ ਬਹੁਤ ਸ੍ਰਿਸ਼ਟ ਜਨਮ ਹੈ, ਲੇਕਿਨ ਅਸੀਂ ਅਕਾਸ਼ ਹੋ ਕੇ ਇਹਦੇ ਪਾਸੋਂ ਕੋਈ ਫਾਇਦਾ ਨਹੀਂ ਹੈ। ਦਾਦੂ ਸਾਹਿਬ ਜਦ ਸਾਫ ਕੀਤਾ ਤੇ ਫਿਰ ਰੋਏ ਕੀ ਕੀਤਾ ਅਸੀਂ ਦੁਨੀਆਂ ਚ ਆ ਕੇ ਏਡਾ ਵੱਡਾ ਸ੍ਰਿਸ਼ਟ ਜਨਮ ਪਾ ਕੇ ਕਿ ਅਸੀਂ ਇਹਦੇ ਜਿਹੜੇ ਫਰਜ਼ ਦਾ ਸੀ ਉਹ ਨਹੀਂ ਕੀਤੇ। ਸਾਡਾ ਫਰਜ਼ ਸੀ ਅਸੀਂ ਨਾਮ ਜਪਦੇ, ਸਤਸੰਗ ਦੀ ਸੇਵਾ, ਪਿਆਰ ਮੁਹੱਬਤ ਔਰ ਉਸ ਮਾਲਕ ਦੇ ਘਰ ਚਲਾ ਜਾਂਦਾ, ਸਾਡਾ ਜਨਮ ਮਰਨ ਮੁੱਕ ਜਾਂਦਾ, ਸਾਡਾ 84 ਦਾ ਗੇੜ ਜਿਹੜਾ ਖਤਮ ਹੋ ਜਾਂਦਾ। ਲੇਕਿਨ ਅਸੀਂ ਐਸੇ ਕਰਮ ਦੁਨੀਆਂ 'ਚ ਆ ਕੇ ਕੀਤੇ, ਬਾਰੋਂ ਬਾਰ ਸਾਨੂੰ 84 ਵਿੱਚ ਜਾਣਾ ਪਿਆ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਕਿਸੇ ਕੈਦੀ ਦੀ ਕੈਦ ਪੂਰੀ ਹੋਈ ਤੇ ਉਸ ਨੇ ਆਪਣੇ ਦਰੋਗੇ ਨੂੰ, ਜੇਲ੍ਹ ਦਾ ਦਰੋਗਾ ਜਿਹੜਾ ਸੀ, ਉਸਨੂੰ ਕਿਹਾ ਕਿ ਮੇਰਾ ਬੋਰੀ ਵੀ ਇਸ ਤਰ੍ਹਾਂ ਇਕੱਠਾ ਨਾ ਕਰੇ, ਕਿਉਂ ਕਿ ਮੈਂ ਫਿਰ ਇੱਥੇ ਹੀ ਆਉਣਾ, ਫਿਰ ਜਾ ਕੇ ਮੈਂ ਚੋਰੀ ਕਰਨੀ ਹੈ ਔਰ ਫਿਰ ਜੇਲ੍ਹ 'ਚ ਹੀ ਆਉਣਾ। ਇਹ ਹਾਲਤ ਸਾਡੀ, ਅਸੀਂ ਜਨਮ ਲਿਆ, ਇਹ ਜਨਮ ਵੀ ਬਹੁਤ ਮੁਸ਼ਕਲ ਦੂਰ ਫਰਮਾਉਂਦੇ ਹੁੰਦੇ ਸੀ ਕਿ ਇਸ ਦੇ ਜਦ ਪਾਪ ਪੁੰਨ ਇਕੱਠੇ ਹੋਏ ਤਾਂ ਇਸ ਦੇ ਪੁੰਨ ਵੱਧ ਕੇ ਅਤੇ ਮਨੁੱਖ ਜਨਮ ਮਿਲਿਆ, ਜੇ ਪਾਪ ਵੱਧ ਜਾਂਦੇ ਸਾਨੂੰ ਨਰਕਾਂ ਜਾਂ 84 ਵੀ ਜਾਣਾ ਪੈਂਦਾ। ਕਿਤਨੇ ਅਸੀਂ ਪੁੰਨ ਕੀਤੇ ਹੋਣਗੇ ਪਿੱਛੇ ਅਤੇ ਸਾਨੂੰ ਮਨੁੱਖ ਜਨਮ ਮਿਲਿਆ, ਔਰ ਇਸ ਮਨੁੱਖ ਜਨਮ ਦਾ ਜਿਹੜਾ ਕੋਈ ਫਰਜ਼ ਸੀ ਅਸੀਂ ਉਦਾ ਨਹੀਂ, ਜੋ ਕੰਮ ਸੀ ਉਹ ਨਹੀਂ ਸੀ, ਉਸ ਕੰਮ ਤੋਂ ਅਸੀਂ ਰਹਿ ਗਏ ਅਤੇ ਕੱਲ੍ਹ ਸਾਨੂੰ ਮਨੁੱਖ ਜਨਮ ਮਿਲੇਗਾ, ਕੱਲ੍ਹ ਅਸੀਂ ਉਹ ਮਾਲਕ ਦੀ ਭਗਤੀ ਕਰਾਂਗੇ, ਕੱਲ੍ਹ ਆਪਣੇ ਦੇਸ਼ ਜਾਵਾਂਗੇ। ਦਾਦੂ ਸਾਹਿਬ ਜੀ ਹਿਸਾਬ ਕਰਕੇ ਕਿ ਆਪਣੇ ਮਨੁੱਖ ਜਨਮ ਦੇ ਇਤਲਾਹ ਪਾ ਰਹੇ ਹਾਂ ਕਿ ਅਸੀਂ ਕੀ ਕੀਤਾ ਹੈ। ਆਪਣਾ ਚਲਾਇਆ ਕਾਰਸ ਖੋਏ